ਹੈਲੋ ਆਦਮ ਨਮਸਕਾਰ ਸਤਿ ਸ਼ਕਾਲ ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ 247 ਦੇ ਇਸ YouTube ਪਲੇਟਫਾਰਮ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਘਟੋਂਗੇ ਮਸਤ ਹੋਗੇ ਝਮਾ ਝਮ ਹੋਗੇ ਸ਼ਾਮ ਦੇ 5 ਵੱਜ ਚੁੱਕੇ ਆ ਜੀ 5 ਵਜੇ ਮੈਂ ਮਨੋਜ ਰਾਜਪੂਤ ਹਰ ਰੋਜ਼ ਤੁਹਾਡੇ ਲਈ ਆਉਣਾ ਤੁਸੀਂ ਕਹੋਗੇ ਸਰ ਅੱਜ ਪੂਰੇ 9 ਮਿੰਟ ਲੇਟ ਹੋ 9 ਮਿੰਟ ਲੇਟ ਹੋਣ ਦੇ ਪਿੱਛੇ ਥੋੜਾ ਜਿਹਾ ਟੈਕਨੀਕਲ ਇਸ਼ੂ ਸੀਗਾ ਪਹਿਲਾਂ ਇਹ ਦੋ ਸਟਾਰਟ ਕੀਤਾ ਉਹ ਕੈਮਰੇ ਦੇ ਵਿੱਚ ਥੋੜਾ ਜਿਹਾ ਸੀਗਾ ਫਿਰ ਆਪਾਂ ਸਟੂਡੀਓ ਚੇਂਜ ਕਰਦੇ ਦੋ ਤਿੰਨ ਮਿੰਟ ਲੱਗ ਜਾਂਦੇ ਐਕਸਟਰਾ ਹਣਾ ਚਲੋ ਸਾਰਿਆਂ ਦਾ ਸਵਾਗਤ ਹੈ ਜੀ ਦੇਰ ਆਏ ਦਰਸਤਾਏ ਦੋਸਤੋ ਪੰਜਾਬ ਪੁਲਿਸ 2023 ਦੇ 24 ਦੇ ਵਿੱਚ ਜੜੀਆਂ ਵੈਕੈਂਸੀਜ਼ ਆ ਰਹੀਆਂ ਉਹ ਸਾਰੀਆਂ ਵੈਕੈਂਸੀਜ਼ ਦੇ ਲਈ ਇਹ ਕਲਾਸ ਬਹੁਤ ਜ਼ ਇੰਪੋਰਟੈਂਟ ਨੇ ਸਾਰੀਆਂ ਪਲੇਲਿਸਟ ਬਣੀ ਹੋਈ ਆ ਕਲਾਸਿਸ ਨੂੰ ਪਲੇਲਿਸਟ ਦੇ ਵਿੱਚ ਜਾ ਕੇ ਇੱਕ ਵਾਰੀ ਜ਼ਰੂਰ ਵੇਖ ਲਿਓ ਸਾਰੀਆਂ ਕਲਾਸਾਂ ਮਜ਼ੇਦਾਰ ਮਸਤ ਤੇ ਘੈਂਟ ਹੋਣ ਵਾਲੀਆਂ ਦੋਸਤੋ ਸਭ ਦਾ ਸਵਾਗਤ ਹੈ ਜੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਦੀ ਆਪਣੀ ਇਸ ਖਾਸ ਤੇ ਬਿਹਤਰੀਨ ਕਲਾਸ ਦੀ ਜਿੰਨੇ ਜਨੇ ਮੇਰੇ ਨਾਲ ਲਾਈਵ ਜੁੜ ਚੁੱਕੇ ਇੱਕ ਵਾਰੀ ਜਲਦੀ ਨਾਲ ਇਸ ਕਲਾਸ ਦੇ ਲਿੰਕ ਨੂੰ ਸ਼ੇਅਰ ਕਰ ਦਿਓ ਦੋਸਤੋ ਮੇਤਰਾ ਯਾਰਾਂ ਬੇਲੀਆਂ ਤੱਕ ਕੋਮਲ ਚੌਧਰੀ ਰਹਿਮਤ ਮਨਕੀ ਪ੍ਰੀਤ ਮੀਨਾ ਵਰਮਾ ਦੀਪ ਪ੍ਰੀਤ ਕਰਨ ਪ੍ਰਵਾਜ ਪੂਜਾ ਮੋਰਿਆ ਰੀਆ ਧਾਲੀਵਾਲ ਅਵਤਾਰ ਅਮਿਤਾ ਨਿਸ਼ੂ ਸੰਦੀਪ ਦੀਪ ਅਭੀ ਨਵਜੋਤ ਕੌਰ ਜੀਤ ਦੀਪ ਸੁਖਪਾਲ 바ਵਾ ਆਰ ਸੀ ਐਮ ਯੂ ਸਾਰਿਆਂ ਦਾ ਸਵਾਗਤ ਦਵਿੰਦਰ ਸਰਾਂ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਜ इस तरीके दबी बटन दब, दब, दब चंकी तरह दबे तो एप्लीकेशन जरूर डाउनलोड कर लियो आडा ट्वेंटी फोर सैवनकेशन बहुत सारे पी डी एफ के बहुत सारा स्टडी मटीरियल मिल रहा किंदगी में कुछ ना कुछ कर लेते हैं वो जिंदगी में जो जिंदगी में कुछ बनना चाहते हैं कुछ पाना चाहते हैं वो लोग समंदर में पत्थरों के पुल बना देते हैं जे ਤੁਹਾਡੇ ਮਨ ਦੇ ਵਿੱਚ ਇੱਛਾ ਹੋਵੇ ਨਾ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤੁਹਾਡੇ ਟਾਰਗੇਟ ਤੋਂ ਰੋਕ ਨਹੀਂ ਸਕਦੀ ਸਿੰਪਲ ਤੇ ਸਧਾਰਨ ਰੂਪ ਦੇ ਵਿੱਚ ਗੱਲ ਹੈ ਆ ਸੋਚਿਆ ਸੋਚ ਨਾ ਹੋਵੇ ਜੋ ਸੋਚਿਆ ਲੱਖ ਵਾਰ ਹਨਾ ਐਦਾਂ ਆਪਾਂ ਸੁਣਦੇ ਹੁੰਨੇ ਆ ਬਚਪਨ ਤੋਂ ਇਹ ਲਾਈਨਾਂ ਜਿਹੜੀਆਂ ਆਪਣੇ ਕੰਨਾਂ ਦੇ ਵਿੱਚ ਗੂੰਜਦੀਆਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੇ ਵਿੱਚੋਂ ਬਾਬਾ ਜੀ ਦੇ ਮੁੱਖ ਦੇ ਵਿੱਚੋਂ ਜਿਹੜੀਆਂ ਲਾਈਨਾਂ ਆਪਾਂ ਨੂੰ ਗੂੰਜਦੀਆਂ ਨੇ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਫਿੱਟ ਨੇ ਆਪਣੇ ਸੋਚਣ ਦੇ ਨਾਲ ਸਾਰਾ ਕੁਝ ਹਾਸਲ ਨਹੀਂ ਹੋਏਗਾ ਲੱਖ ਵਾਰੀ ਸੋਚ ਲੋ ਹੱਥ ਪੈਰ ਮਾਰਨਾ ਪਊਗਾ ਮਿਹਨਤ ਕਰਨੀ ਪਊਗੀ ਦੋਸਤੋ ਇਹ ਮਿਹਨਤ ਦੇ ਇਸ ਸਫ਼ਰ ਦੇ ਵਿੱਚ ਮੈਂ ਤੁਹਾਡੇ ਨਾਲ ਤੇ ਸ਼ੁਰੂਆਤ ਕਰਨ ਜਾ ਰਹੇ ਆ ਜੀ ਆਪਾਂ ਅੱਜ ਦੀ ਇਸ ਖਾਸ ਕਲਾਸ ਦੀ ਪਹਿਲਾ ਕੁਐਸਚਨ ਤੁਹਾਡੇ ਸਾਰਿਆਂ ਦੇ ਸਾਹਮਣੇ ਹੁਣ ਜਾ ਰਿਹਾ ਅੱਜ ਪਹਿਲੀ ਵਾਰੀ ਐਦਾਂ ਹੋਇਆ ਵੀ ਮੇਰੀ ਕਲਾ ਦੇ ਸ਼ੁਰੂਆਤ ਦੇ ਵਿੱਚ ਹੀ ਕਿਸੇ ਨੇ ਘਟੀਆਂ ਕਮੈਂਟ ਕੀਤਾ ਤੇ ਉਹਨੂੰ ਮੈਂ ਅੱਜ ਪਹਿਲੀ ਟਾਈਮ ਨਾਲ ਹੀ ਉਹਨੂੰ ਮੈਂ ਬਲੌਕ ਕਰਨ ਜਾ ਰਿਹਾ ਜੋ ਵੀ ਹੈ ਕਿਸੇ ਟੀਚਰ ਦਾ ਨਾਮ ਲਿਖ ਕੇ ਇਹ ਜੇ ਘਟੀਆਂ ਕਮੈਂਟ ਨਾ ਕਰਿਆ ਕਰੋ ਤੇ ਚੰਗੀ ਗੱਲ ਆ ਭਾਈ ਠੀਕ ਹੈ ਟੀਚਰ ਦੇ ਨਾਮ ਤੇ ਆਈਡੀ ਬਣਾ ਕੇ ਇਹ ਜੇ ਘਟੀਆਂ ਕਮੈਂਟ ਨਾ ਕਰੇ ਕੋ ਚੰਗੀ ਗੱਲ ਆ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਈਸਰਾਏ ਕੌਣ ਸੀ ਪਹਿਲਾ ਕੁਐਸਚਨ ਕੀ ਹੈ ਜੀ ਹੂ ਵਾਸ ਦਾ ਫਰਸਟ ਪੁਰਤਗੀਜ਼ ਵਾਇਸਰਾਏ ਇਨ ਇੰਡੀਆ ਭਾਰਤ ਦੇ ਵਿੱਚ ਪਹਿਲਾ ਪੁਰਤਗਾਲੀ ਕੌਣ ਸੀਗਾ ਬੱਚੋ ਆਵਾਜ਼ ਕਲੀਅਰ ਹੈ ਜੀ ਇੱਕ ਬੱਚਾ ਕਹਿ ਰਿਹਾ ਸਰ ਆਵਾਜ਼ ਬੜੀ ਘੱਟ ਆ ਜੀ ਓਕੇ ਹੈ ਤਾਂ ਇੱਕ ਵਾਰੀ ਓਕੇ ਲਿਖ ਦਿਓ ਰੋਜ਼ ਦੀ ਤਰ੍ਹਾਂ ਰੈਗੂਲਰ ਓਕੇ ਚੱਲ ਰਹੀ ਆ ਆਵਾਜ਼ ਤਾਂ ਠੀਕ ਹੈ ਜੀ ਨਹੀਂ ਚੱਲ ਰਹੀ ਆ ਬਸ ਠੀਕ ਕਰਵਾ ਲਾਂਗੇ ਮੈਂ ਜਰੂਰ ਦੱਸਿਓ ਆਵਾਜ਼ ਓਕੇ ਆ ਜੀ ਦੇਖੋ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਇਸਰਾਏ ਕੌਣ ਸੀ ਦਿਆਜ ਵਾਸਕੋ ਡੀ ਗਾਮਾ ਅਲਮੀਡਾ ਜਾਂ ਫਿਰ ਐਲਬਰੂਕਿਕ ਕੌਣ ਸੀਗਾ ਬੱਚੋ ਬਹੁਤ ਆਸਾਨ ਬਹੁਤ ਸੌਖਾ ਤੇ ਪਹਿਲਾ ਸਵਾਲ ਜਿਹੜਾ ਹੁੰਦਾ ਨਾ ਆਪਣੀ ਕਲਾਸ ਦਾ ਪਿਆਰੇ ਦੋਸਤੋ ਉਹਨੂੰ ਆਪਾਂ ਕਹਿੰਦੇ ਨੇ ਦਿਸ ਇਜ਼ ਦਾ ਬੀਸੀਐਸ ਸਵਾਲ ਫੋਰ ਮੀ ਬੀਸੀਐਸ ਬੋਲੇ ਤਾਂ ਬਿਲਕੁਲ ਚੂਰਨ ਸਵਾਲ ਬੀਸੀਐਸ ਬੋਲੇ ਤਾਂ ਬਿਲਕੁਲ ਚੂਰਨ ਸਵਾਲ ਦੋਸਤੋ ਉੱਤਰ ਕੀ ਆਏਗਾ ਜੀ ਅਲਮੀਡਾ ਆਏਗਾ ਆਨਸਰ ਕੀ ਆਏਗਾ ਦੋਸਤੋ ਅਲਮੀਡਾ ਆਏਗਾ ਜੀ ਫਰਾਂਸਿਸਕੋ ਡੀ ਅਲਮੀਡਾ ਜਿਹੜਾ ਪਹਿਲਾ ਪੁਰਤਗਾਲੀ ਵਾਈਸਰਾਏ ਸੀ ਹਿੰਦੁਸਤਾਨ ਦੇ ਵਿੱਚ ਜਿਹੜਾ ਬਣਿਆ ਬੱਚੋ ਇਹ ਗੱਲ ਯਾਦ ਰੱਖਿਓ ਪੇਪਰ ਦੇ ਵਿੱਚ ਹਰ ਵਾਰ ਪੁੱਛਿਆ ਜਾਂਦਾ ਹੁੰਦਾ ਜੀ ਪਹਿਲਾ ਪੁਰਤਗਾਲੀ ਯਾਤਰੀ ਕ ਪਹਿਲਾ ਪੁਰਤਗਾਲੀ ਯਾਤਰੀ ਕੌਣ ਜੀ ਵਾਸਕੋ ਡੀ ਗਾਮਾ ਪਹਿਲਾ ਪੁਰਤਗਾਲੀ ਯਾਤਰੀ ਹੈ ਜੀ ਤੇ ਉਸ ਤੋਂ ਬਾਅਦ ਪਹਿਲਾ ਗਵਰਨਰ ਕੌਣ ਅਲਮੀਡਾ ਦੋਸਤੋ ਇਹ ਉਹੀ ਅਲਮੀਡਾ ਜੀ ਨੇ ਬਲੂ ਵਾਟਰ ਪਾਲਿਸੀ ਦਿੱਤੀ ਸੀ ਜਿਨੇ ਬਲੂ ਵਾਟਰ ਪਾਲਿਸੀ ਯਾਨੀ ਕਿ ਨੀਲੇ ਪਾਣੀ ਦੀ ਨੀਤੀ ਆਪਾਂ ਨੂੰ ਦਿੱਤੀ ਸੀ ਹਿੰਦੁਸਤਾਨ ਦੇ ਵਿੱਚ ਨੀਲੇ ਪਾਣੀ ਦੀ ਨੀਤੀ ਲਿਆਉਣ ਵਾਲਾ ਬੰਦਾ ਇਹ ਸੀ ਬਲੂ ਵਾਟਰ ਪਾਲਿਸੀ ਤੇ ਜੇ ਕਈ ਵਾਰੀ ਪੁੱਛੇ ਆਪਾਂ ਨੇ ਕਈ ਵਾਰੀ ਆਪਾਂ ਨੂੰ ਕਈ ਵਾਰੀ ਪੁੱਛ ਲੈਣਾ ਹੁੰਦਾ ਜੀ ਕਈ ਵਾਰੀ ਪੁੱਛਦਾ ਰੀਅਲ ਗਵਰਨਰ ਆ ਪੁਰਤਗੀਜ਼ ਰੀਅਲ ਗਵਰਨਰ ਆ ਪੁਰਤਗੀਜ਼ ਕੌਣਾ ਜੀ ਫਿਰ ਅਲਬੂਕਰਕ ਹੈਗਾ ਜੀ ਰੀਅਲ ਗਵਰਨਰ ਆ ਕਿਉਂਕਿ ਇਹਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਪੁਰਤਗਾਲੀਆਂ ਦੇ ਸ਼ਾਸਨ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਆ ਕੇ ਬਦਲ ਦਿੱਤੀਆਂ ਸੀ ਬੱਚੋ ਕਿਹਨੇ ਅਲਬੂਕਰਕ ਨੇ ਤੇ ਇਹ ਗੱਲ ਯਾਦ ਰੱਖਿਓ ਪੁਰਤਗਾਲੀਆਂ ਦਾ ਪਹਿਲਾ ਯਾਤਰੀ ਵਾਸਕੋ ਡੀਗਾਮਾ 1498 ਚ ਆਇਆ 1504 ਈਸਵੀ ਦੇ ਵਿੱਚ ਪੁਰਤਗਾਲੀਆਂ ਨੇ ਕੋਚੀ ਦਾ ਕਿਲਾ ਜਿੱਤ ਲਿਆ ਜੀ ਕੀ ਜਿੱਤ ਲਿਆ ਬੱਚੋ ਕੋਚੀ ਦਾ ਕਿਲਾ ਜਿੱਤ ਲਿਆ 1510 ਦੇ ਵਿੱਚ ਪੁਰਤਗਾਲੀਆਂ ਨੇ ਕੀਤਾ ਬੱਚੋ ਗੋਆ ਦੇ ਕਰ ਲਿਆ ਪੁਰਤਗਾਲੀਆਂ ਨੇ ਅਗਲਾ ਕੁਐਸਚਨ ਦੇਖੋ ਕੀ ਕਹਿੰਦਾ ਅਗਲਾ ਸਵਾਲ ਸਰਸਵਤੀ ਸਨਮਾਨ ਪੁਰਸਕਾਰ ਕਿਸ ਖੇਤਰ ਵਿੱਚ ਦਿੱਤਾ ਜਾਂਦਾ ਜੀ ਸਰਸਵਤੀ ਸਨਮਾਨ ਪੁਰਸਕਾਰ ਕਿਹੜੇ ਖੇਤਰ ਦਿੱਤਾ ਜਾਂਦਾ ਜੀ ਸਰਸਵਤੀ ਸਨਮਾਨ ਪੁਰਸਕਾਰ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਬੱਚੋ ਦੱਸੋ

ਕੀ ਆਏਗਾ ਜੀ ਇਹ ਸਵਾਲ ਜਵਾਬ ਸਰਸਵਤੀ ਸਨਮਾਨ ਪੁਰਸਕਾਰ ਕਾਦੇ ਦਿੱਤਾ ਜਾਂਦਾ ਜੀ ਲਿਟਰੇਚਰ ਦੇ ਵਿੱਚ ਲਿਟਰੇਚਰ ਦੇ ਵਿੱਚ ਯਾਨੀ ਕਿ ਸਾਹਿਤ ਦਾ ਇੱਕ ਅਵਾਰਡ ਹੈ ਜੀ ਸਰਸਵਤੀ ਸਨਮਾਨ ਪੁਰਸਕਾਰ ਸਾਹਿਤ ਦਾ ਸਭ ਤੋਂ ਵੱਡਾ ਅਵਾਰਡ ਹੈ ਬੱਚੋ ਸਭ ਤੋਂ ਵੱਡਾ ਅਵਾਰਡ ਜਿਹੜਾ ਹੈ ਪੁਰਸਕਾਰ ਹੈ ਸਾਹਿਤ ਦੇ ਖੇਤਰ ਦੇ ਵਿੱਚ ਇਹੀ ਹੁੰਦਾ ਬੱਚੋ ਬਹੁਤ ਅੱਛੇ ਕੀ ਬਾਤ ਹੈ ਜੀ ਵੈਰੀ ਗੁੱਡ ਸ਼ਾਬਾਸ਼ ਸਵੇਰ ਵਾਲੀ ਕਲਾਸ ਕਿਉਂ ਲੱਗੀ ਕਰਜੈਂਟ ਵਰਕ ਸੀ ਭਾਈ ਇਸ ਕਰਕੇ ਸਵੇਰ ਵਾਲੀ ਕਲਾਸ ਨਹੀਂ ਲੱਗ ਪਾਈ ਗੱਲ ਯਾਦ ਰੱਖਿਓ ਅੱਜ 25 ਤਰੀਕਾ ਕੱਲ ਨੂੰ 26 ਤਰੀਕਾ ਜੀ ਕੱਲ 26 ਨਵੰਬਰ ਆ ਜੀ 26 ਨਵੰਬਰ ਜਾਨੀ ਕਿ ਸੰਵਿਧਾਨ ਦਿਵਸ ਕੱਲ ਨੂੰ ਐਤਵਾਰ ਵਾਲੇ ਦਿਨ ਵੇਲੇ ਨਾ ਰਹਿ ਜਿਓ ਕੱਲ ਸ਼ਾਮੀ 5 ਵਜੇ ਬੱਚੋ ਕੱਲ ਸ਼ਾਮ ਨੂੰ 5 ਵਜੇ ਤੁਹਾਡੇ ਵਾਸਤੇ ਕਲਾਸ ਲੈ ਕੇ ਆ ਰਹੇ ਹਾਂ ਜੀ ਜਿਹੜੀ ਸੰਵਿਧਾਨ ਦੇ ਉੱਤੇ ਹੋਏਗੀ ਜਿੰਨੇ ਵੀ ਕੁਐਸਚਨ ਆਪਣੇ ਸੰਵਿਧਾਨ ਦੇ ਵਿੱਚੋਂ ਬਣ ਸਕਦੇ ਆ ਉਸ ਕਲਾਸ ਦੇ ਵਿੱਚ ਸਾਰੇ ਕਵਰ ਕੀਤੇ ਜਾਣਗੇ ਦੋਸਤੋ ਕੱਲ ਸ਼ਾਮ ਨੂੰ 5 ਵਜੇ ਸੰਵਿਧਾਨ ਡੇ ਤੇ ਯਾਨੀ ਕਿ ਕਨਸਟੀਟਿਊਸ਼ਨ ਡੇ ਤੇ ਇੱਕ ਸਪੈਸ਼ਲ ਕਲਾਸ ਤੁਹਾਡੇ ਸਾਰਿਆਂ ਦੇ ਵਾਸਤੇ ਲੈ ਕੇ ਆ ਰਹੇ ਹਾਂ ਦੋਸਤੋ ਇਸ ਸਵਾਲ ਦਾ ਜਵਾਬ ਆ ਜੇ ਹੇਠਾਂ ਲਿਖੀਆਂ ਕਮੇਟੀਆਂ ਵਿੱਚੋਂ ਕਿਹੜੀਆਂ ਨੇ ਬੁਨਿਆਦੀ ਕਰਤੱਵ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਬੁਨਿਆਦੀ ਕਰਤੱਵ ਯਾਨੀ ਕਿ ਫੰਡਮੈਂਟਲ ਡਿਊਟੀਆਂ ਨੂੰ ਸ਼ਾਮਲ ਕਰਨਾ ਜੀ ਆਪਣੇ ਭਾਰਤ ਦੇ ਸੰਵਿਧਾਨ ਚ ਕਿਹੜੀ ਕਮੇਟੀ ਨੇ ਕਿਹਾ ਸੀ ਕਿਹੜੀ ਕਮੇਟੀ ਨੇ ਕਿਆਈ ਦੱਸੋ ਸਿੰਪਲ ਸਧਾਰਨ ਤੇ ਸੌਖਾ ਕੰਮ ਜੀ ਬਿਲਕੁਲ ਸੌਖਾ ਉੱਤਰ ਕੀ ਆਏਗਾ ਜੀ ਸਵਰਨ ਸਿੰਘ ਕਮੇਟੀ ਸਵਰਨ ਸਿੰਘ ਕਮੇਟੀ ਨੇ ਫੰਡਾਮੈਂਟਲ ਡਿਊਟੀਆਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕਰਨ ਦੀ অনুমতি ਦਿੱਤੀ ਸੀ ਸਵਰਨ ਸਿੰਘ ਕਮੇਟੀ ਨੇ ਕਿਹਾ ਸੀ ਫੰਡਾਮੈਂਟਲ ਡਿਊਟੀਆਂ ਹੋਣੀਆਂ ਚਾਹੀਦੀਆਂ ਕਿਹੜੇ ਮੁਲਕ ਤੋਂ ਲੈ ਕੇ ਆਏ ਆ ਫੰਡਾਮੈਂਟਲ ਡਿਊਟੀਆਂ ਦੇ ਰਸ਼ੀਆ ਤੋਂ ਲੈ ਕੇ ਆਏ ਆ ਜੀ ਫੰਡਾਮੈਂਟਲ ਡਿਊਟੀ ਜਦੋਂ ਸ਼ਾਮਿਲ ਕੀਤੀ ਉਦੋਂ ਕਿੰਨੀ ਅਸੀਂ ਦੱਸ ਅੱਜ ਕਿੰਨੀ ਹੋ ਗਈਆਂ ਜੀ 11 ਹੋ ਗਈਆਂ ਪਿਆਰੇ ਬੱਚੋ 11ਵੀਂ ਕਿਹੜੀਆਂ ਜੀ ਬੱਚਿਆਂ ਦੀ এডਿਕੇਸ਼ਨ ਦੇ ਨਾਲ ਸਿੱਖਿਆ ਦੇ ਨਾਲ ਸੰਬੰਧਿਤ 11ਵੀਂ ਫੰਡਾਮੈਂਟਲ ਡਿਊਟੀ ਹੈ ਦੋਸਤੋ ਵੈਰੀ ਗੁੱਡ ਸ਼ਾਬਾਸ਼ ਲਾਜਵਾ ਬਹੁਤ ਅੱਛੇ ਕੀ ਬਾਤ ਹੈ ਜੀ ਅਗਲਾ ਕੁਐਸਚਨ ਵੇਖ ਫੰਡਾਮੈਂਟਲ ਡਿਊਟੀਆਂ ਨੇ ਅਗਲਾ ਸਵਾਲ ਦੇਖੋ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਜੀ ਉੱਪਰਲੇ ਸਦਨ ਨੂੰ ਜਾਨਕੀ ਅਪਰ ਹਾਊਸ ਨੂੰ ਦੋ ਹਾਊਸ ਨੇ ਜੀ ਭਾਰਤ ਦੇ ਵਿੱਚ ਸੰਸਦ ਦੇ ਸੰਸਦ ਦੇ ਪਾਰਲੀਮੈਂਟ ਦੇ ਦੋ ਹਾਊਸ ਨੇ ਇੱਕ ਲੋਅਰ ਹਾਊਸ ਆ ਜੀ ਇੱਕ ਅਪਰ ਹਾਊਸ ਆ ਇੱਕ ਭਾਈ ਹੇਟਲਾ ਸਦਨਾ ਇੱਕ ਉੱਪਰ ਦਾ ਸਦਨਾ ਜਿਹੜਾ ਉੱਪਰਲਾ ਸਦਨਾ ਉਹਦਾ ਨਾਮ ਕੀ ਹੈ ਜੀ ਲੋਕ ਸਭਾ ਹੈ ਰਾਜ ਸਭਾ ਹੈ ਵਿਧਾਨ ਪ੍ਰੀਸ਼ਦ ਹੈ ਜਾਂ ਵਿਧਾਨ ਪ੍ਰਚਾ ਸਾਡੇ ਕੋਲੇ ਵਿਧਾਨ ਸਭਾ ਹੈ ਆਵਾਜ਼ ਘੱਟ ਹੋ ਗਈ ਭਾਈ ਐਮੀ ਸਿਟੀ ਆਨੇ ਕੋ ਸੱਚੀ ਕਟੋਗੀ ਐਵੀ ਟੈਨਸ਼ਨ ਪਾਦਨੇ ਮੈਨੂੰ ਤੁਸੀਂ ਬੈਠੇ ਬੈਠੇ ਕਦੇ ਕਦੇ ਵੈਰੀ ਗੁੱਡ ਸ਼ਾਬਾਸ਼ ਇੱਕ ਭਾਈ ਹੇਠਲਾ ਸਦਨਾ ਇੱਕ ਉੱਪਰ ਦਾ ਸਦਨਾ ਜਿਹੜਾ ਉੱਪਰਲਾ ਸਦਨਾ ਉਹਦਾ ਨਾਮ ਕੀ ਹੈ ਜੀ ਲੋਕ ਸਭਾ ਹੈ ਰਾਜ ਸਭਾ ਹੈ ਇਹਦੂ ਬਾਦ ਡੀ ਜੇ ਲਾਦਾ ਮੈਂ ਹੈ ਇਹਦੂ ਬਾਦ ਕਿੰਨੀ ਕਵਾਜ ਹੋਵੇ ਦੱਸੋ ਮੈਨੂੰ ਕਮਲੂ ਆਪ ਪੜਨਾ ਕਿ ਪਿੰਡ ਦੇ ਪਰਲੇ ਪਾਸੇ ਪਰਲੀ ਫਿਰਨੀ ਤੇ ਬਾਤ ਸੁਣਾਉਣੀ ਹੈ ਮੇਰੀ ਹੈ ਕਮਲੂ ਉੱਤਰ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਆਏਗਾ ਸਾਡੇ ਕੋਲੇ ਭਾਰਤੀ ਸੰਸਦ ਦੇ ਉੱਪਰਲੇ ਸਾਨੂੰ ਬੋਲਿਆ ਜਾਂਦਾ ਜੀ ਸਾਡੇ ਕੋਲੇ ਰਾਜ ਸਭਾ ਪਾਰਲੀਮੈਂਟ ਦੇ ਉੱਪਰਲੇ ਸਦਨ ਨੂੰ ਕੀ ਬੋਲਦੇ ਆ ਜੀ ਰਾਜ ਸਭਾ ਇਹ ਪਾਰਲੀਮੈਂਟ ਦਾ ਸਦਨ ਹੈ ਜੀ ਇਹ ਇੰਡੀਆ ਲੈਵਲ ਤੇ ਆ ਜੇ ਕਈ ਵਾਰੀ ਤੁਹਾਨੂੰ ਸਟੇਟ ਲੈਵਲ ਤੇ ਪੁੱਛੇ ਤਾਂ ਸਟੇਟ ਲੈਵਲ ਦਾ ਉੱਚ ਉੱਪਰਲਾ ਸਦਨ ਹੈ ਜੀ ਵਿਧਾਨ ਪ੍ਰੀਸ਼ਦ ਜਿਹੜਾ ਭਾਈ ਆਪਣੇ ਕੋਲੇ ਰਾਜ ਸਭਾ ਹੈ ਇਹ 80 ਨੰਬਰ ਆਰਟੀਕਲ ਦੇ ਵਿੱਚ ਆ ਲੋਕ ਸਭਾ ਹੈ 81 ਨੰਬਰ ਆਰਟੀਕਲ ਦੇ ਵਿੱਚ ਆ ਤੇ ਪਾਰਲੀਮੈਂਟ ਹੈ ਇਹ 79 ਨੰਬਰ ਆਰਟੀਕਲ ਦੇ ਵਿੱਚ ਆ ਜੀ 79 80 ਤੇ 81 ਇਹ ਭਾਈ ਤਿੰਨੇ ਆਰਟੀਕਲ ਜਿਹੜੇ ਆ ਯਾਦ ਰੱਖਿਓ ਪਿਆਰੇ ਦੋਸਤੋ ਵਿਧਾਨ ਸਭਾ ਸਟੇਟ ਦੇ ਵਿੱਚ ਲੋਅਰ ਹਾਊਸ ਹੈ ਤੇ ਵਿਧਾਨ ਪ੍ਰੀਸ਼ਦ ਸਟੇਟ ਦੇ ਵਿੱਚ ਅਪ ਰਾਜ ਸਭਾ ਦੀ ਜੇ ਮੈਂ ਗੱਲ ਕਰਾਂ ਰਾਜ ਸਭਾ ਪਰਮਾਨੈਂਟ ਹਾਊਸ ਦਾ ਡਿਸਾਲਵ ਨਹੀਂ ਹੋ ਸਕਦਾ ਜੀ ਰਾਜ ਸਭਾ ਦੇ ਇੱਕ ਇੰਡੀਵਿਜੂਅਲ ਮੈਂਬਰ ਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲਾਂ ਦਾ ਹੁੰਦਾ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਘੱਟੋ ਘੱਟ ਉਮਰ ਜਿਹੜੀ ਹੈ ਉਹ 30 ਸਾਲ ਹੋਣੀ ਚਾਹੀਦੀ ਹੈ ਅੱਗੇ ਚੱਲਦੇ ਹਾਂ ਇੱਥਾਂ ਲਿਖਿਆ ਵਿੱਚੋਂ ਕਿਹੜੀ ਪਾਰਲੀਮੈਂਟਰੀ ਕਮੇਟੀ ਆ ਜੀ ਕਿਹੜੀ ਸੰਵਿਧਾਨ ਅਸਾ ਆਪਣੇ ਕੋਲੇ ਸੰਸਦੀਏ ਕਮੇਟੀ ਆ ਜੇ ਕਿਹੜੀ ਪਾਰਲੀਮੈਂਟਰੀ ਕਮੇਟੀ ਆ ਜਿਸ ਦਾ ਕੋਈ ਵੀ ਮੈਂਬਰ ਰਾਜ ਸਭਾ ਤੋਂ ਨਹੀਂ ਲਿਆ ਜਾਂਦਾ ਜੀ ਜਿਸ ਦਾ ਕੋਈ ਵੀ ਮੈਂਬਰ ਆ ਜਿਹੜਾ ਉਹ ਰਾਜ ਸਭਾ ਦੇ ਵਿੱਚੋਂ ਨਹੀਂ ਲਿਆ ਜਾਂਦਾ ਜੀ ਕਿਹੜੀ ਕਮੇਟੀ ਆ ਬੱਚੋ ਕਮੇਟੀ ਔਨ ਐਸਟੀਮੇਟਸ ਕਮੇਟੀ ਔਨ ਪਟੀਸ਼ਨਸ ਜਾ ਭਾਈ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਜਾ ਭਾਈ ਕਮੇਟੀ ਔਨ ਪਬਲਿਕ ਅਕਾਊਂਟਸ ਕਿਹੜੀ ਕਮੇਟੀ ਆ ਬੱਚੋ ਜਿਹੜੀ ਰਾਜ ਸਭਾ ਦੇ ਵਿੱਚੋਂ ਕੋਈ ਵੀ ਬੰਦਾ ਨਹੀਂ ਲੈ ਕੇ ਆਉਂਦੀ ਸਾਰੇ ਬੰਦੇ ਲੋਕ ਸਭਾ ਚੋਂ ਲੈ ਕੇ ਆਉਂਦੀ ਆ ਕਿਹੜੀ ਕਮੇਟੀ ਆ ਦੋਸਤੋ ਮੋਸਟ 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 ਇੰਪੋਰਟੈਂਟ ਕੁਐਸਚਨ ਆ ਜੀ ਐਮ ਆਈ ਸਵਾਲ ਆ ਦੋਸਤੋ ਕਿਹੜਾ ਸਵਾਲ ਆ ਜੀ ਐਮ ਆਈ ਸਵਾਲ ਆ ਦੋਸਤੋ ਕੱਲ ਸ਼ਾਮ ਨੂੰ 5 ਵਜੇ ਐਤਵਾਰ ਨੂੰ ਭਾਈ ਸਾਰੇ ਜਣੇ ਜੁੜਨਾ ਨਾ ਭੁੱਲਿਓ ਕੱਲ ਸ਼ਾਮੀ 5 ਵਜੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਕਲਾਸ ਲੈ ਕੇ ਆ ਰਹੇ ਆ ਸੰਵਿਧ ਕਹ ਰਿਹਾ ਸਪੈਸ਼ਲ ਕਲਾਸ ਹੋਏਗੀ ਸਪੈਸ਼ਲ ਕੁਐਸਚਨਸ ਹੋਣਗੇ ਪੇਪਰ ਤੇ ਸਿੱਧੇ ਸਿੱਧੇ ਆਉਣ ਦੇ ਚਾਂਸ ਆ ਦੋਸਤੋ ਕੱਲ ਨੂੰ ਸਭ ਨੇ ਪਹੁੰਚਣਾ ਜ਼ਰੂਰ ਹੈ ਜੀ ਸਭ ਤੋਂ ਵੱਡੀ ਕਮੇਟੀ ਹੁੰਦੀ ਹੈ ਭਾਈ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਆ ਨਾ ਜਿਹੜੀ ਰਾਜ ਸਭਾ ਚ ਕੋਈ ਮੈਂਬਰ ਨਹੀਂ ਲੈਂਦੀ ਉਸ ਕਮੇਟੀ ਦਾ ਨਾਮ ਹੈ ਜੀ ਸਾਡੇ ਕੋਲੇ ਕਮੇਟੀ ਔਨ ਐਸਟੀਮੇਟ ਅਨੁਮਾਨ ਸਮੇਟੀ ਬੋਲਦੇ ਆ ਇਹਨੂੰ ਇਹਨੂੰ ਅਨੁਮਾਨ ਸਮੇਟੀ ਵੀ ਬੋਲ ਦਿੱਤਾ ਜਾਂਦਾ ਸਭ ਤੋਂ ਵੱਡੀ ਕਮੇਟੀ ਹੁੰਦੀ ਹੈ ਇਹਦੇ ਸਾਰੇ ਮੈਂਬਰ ਲੋਕ ਸਭਾ ਦੇ ਹੁੰਦੇ ਆ ਤੇ ਮੈਂਬਰੇ ਚ ਹੁੰਦੇ ਕਿੰਨੇ ਆ ਜੀ ਟੋਟਲ 30 ਮੈਂਬਰ ਹੁੰਦੇ ਆ ਪਿਆਰੇ ਦੋ ਵੇਰੀ ਗੁੱਡ ਸ਼ਾਬਾਸ਼ 30 ਮੈਂਬਰ 30 ਦੇ 30 ਲੋਕ ਸਭਾ ਦੇ ਵਿੱਚੋਂ ਜਿਹਨੇ ਲਾਈਕ ਨਹੀਂ ਕੀਤਾ ਲਾਈਕ ਵਾਲਾ ਬਟਨ ਦਬਾਓ ਪਹਿਲਾਂ ਤਾਂ ਜਿਨ੍ਹਾਂ ਨੇ ਹਲ ਤੱਕ ਲਾਈਕ ਨਹੀਂ ਕੀਤਾ ਹੈ ਲਾਈਕ ਵਾਲਾ ਬਟਨ ਦਬਾਓ ਦੋਸਤੋ ਅਕਬਰਨਾਮਾ ਕਿਸ ਨੇ ਲਿਖਿਆ ਸੀ ਅਕਬਰਨਾਮਾ ਜੋ ਕਿ ਅਕਬਰ ਦੀ ਜੀਵਨੀ ਹੈ ਅਕਬਰ ਦੀ ਬਾਇਓਗ੍ਰਾਫੀ ਹੈ ਇਹ ਕਿਸ ਦੇ ਦੁਆਰਾ ਲਿਖੀ ਗਈ ਅਬਦੁਲ ਰਹੀਮ ਖਾਨੇ ਖਾਨਾ ਦੁਆਰਾ ਫੈਜ਼ੀਦ ਦੇ ਦੁਆਰਾ ਜਾਂ ਅਬਦੁਲ ਅਬਦੁਲ ਕਾਦਰ ਬੈਦ ਦੇ ਦੁਆਰਾ ਜਾਂ ਪਈ ਅਬੁਲ ਫਜ਼ਲ ਦੇ ਦੁਆਰਾ ਕਿਸ ਦੇ ਦੁਆਰਾ ਲਿਖੀ ਗਈ 啊。Uh ਤੁਹਾਡਾ ਕੰਟੈਕਟ ਕਿਦਾਂ ਦਾ ਸਭਾ ਬੱਚਾ ਇੰਸਟਾਗ੍ਰam ਤੇ ਸਰਚ ਕਰ ਲਿਓ ਮਨੂਜ ਸਰ ਉਥੇ ਮੇ ਮਿਲ ਜਾਗਾ ਮੈਂ ਜਦੋਂ ਮਰਜੀ ਕਰ ਲਿਓ ਤੁਸੀਂ ਕੰਟੈਕਟ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਪਰ ਬਹੁਤ ਸਾਰੇ ਬੱਚਿਆਂ ਦੇ ਮੈਸੇਜਸ ਆਇਆ ਜੀ ਪੰਜਾਬ ਪੁਲਿਸ ਕਨਸਟੇਬਲ ਦਾ ਇਹ ਰਿਜ਼ਲਟ ਆਇਆ ਬਹੁਤ ਜਣਿਆਂ ਦਾ ਫਿਜ਼ੀਕਲ ਲਈ ਨਾਮ ਆ ਚੁੱਕਿਆ ਜਿਨ੍ਹਾਂ ਦਾ ਨਾਮ ਆਇਆ ਭਾਈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਮੇਰੇ ਵੱਲੋਂ ਪਹਿਲੀ ਸਟੇਜ ਤੁਸੀਂ ਕਵਰ ਕਰ ਚੁੱਕੇ ਹੋ ਦੂਜੀ ਸਟੇਜ ਤੁਹਾਡੀ ਫਿਜ਼ੀਕਲ ਵਾਲੀ ਆ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੈ ਹਨਾ ਤੇ ਪ੍ਰਮਾਤਮਾ ਕਰੇ ਭਾਈ ਇਸੇ ਤਰੀਕੇ ਨਾਲ ਤੁਹਾਡੀਆਂ ਜਦੋਂ ਮਰਜੀ ਮਨੂਸਾ ਸਰਚ ਕਰਕੇ ਦੱਸ ਦਿਓ ਤੇ ਨਾਲੇ ਭਾਈ ਜਿੰਨਾ ਦਾ ਰਿਜ਼ਲਟ ਆਇਆ ਉਹ ਵੀ ਆਪ ਦੀਆਂ ਖੁਸ਼ਖਬਰੀਆਂ ਜਰੂਰ ਮੇਰੇ ਨਾਲ ਸਾਂਝੀਆਂ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਭਾਈ ਜਿਹੜੇ ਪੌਦੇ ਨੂੰ ਪਾਣੀ ਪਾਇਆ ਸੀ ਪੌਦਾ ਫਲ ਦੇ ਗਿਆ ਕਿ ਨਹੀਂ ਦੇਆ ਹਣਾ ਇਹ ਮਤਲਬ ਨਹੀਂ ਹੁੰਦਾ ਆਪਣਾ ਰਿਜ਼ਲਟ ਆਇਆ ਤੇ ਬਸ ਬੋਲ ਜੋ ਟੀਚਰਸ ਨੂੰ ਥੋੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰੋ ਜਿੰਦਾ ਐਗਜ਼ਾਮ ਕਲੀਅਰ ਹੋਇਆ ਕੋਈ ਦੱਸਿਆ ਜ਼ਰੂਰ ਕਰੋ ਵੀ ਸਰ ਮੇਰਾ ਐਗਜ਼ਾਮ ਕਲੀਅਰ ਹੋ ਚੁੱਕਾ ਹੈ ਸਾਨੂੰ ਖੁਸ਼ੀ ਮਿਲਦੀ ਹੈ ਅਕਬਰਨਾਮਾ ਬੱਚੋ ਕਿਸ ਨੇ ਲਿਖਿਆ ਅਕਬਰਨਾਮਾ ਲਿਖਿਆ ਜੀ ਸਾਡੇ ਕੋਲੇ ਬੱਚੋ ਅਬੂਲ ਫਜ਼ਲ ਨੇ ਕਿਸ ਨੇ ਜੀ ਅਬੂਲ ਫਜ਼ਲ ਨੇ ਲਿਖਿਆ ਡੀ will be the right answer ਦੋਸਤੋ ਅਕਬਰਨਾਮਾ ਇਹ ਕਈ ਵਾਰੀ ਆਈ ਨੇ ਅਕਬਰੀ ਵੀ ਬੋਲ ਦਿੰਦੇ ਇਹਨੂੰ ਇਹਨੂੰ ਕਈ ਵਾਰੀ ਆਈ ਨੇ ਇਹ ਅਕਬਰੀ ਆਇਨ ਇਹ ਅਕਬਰੀ ਵੀ ਇਹਨੂੰ ਬੋਲ ਦਿੱਤਾ ਜਾਂਦਾ ਦੋਸਤੋ ਕੀ ਬੋਲ ਦਿੱਤਾ ਜਾਂਦਾ ਆਇਨ ਇਹ ਅਕਬਰੀ ਹੁਣ ਤੁਸੀਂ ਕਹੋਗੇ ਸਰ ਇਹਦੇ ਚ ਤੇ ਇਹਦੇ ਚ ਕੀ ਫਰਕ ਆ ਪਿਆਰੇ ਦੋਸਤੋ ਅਕਬਰਨਾਮਾ ਅਕਬਰ ਦੀ ਬਾਇਓਗ੍ਰਾਫੀ ਆ ਜੀ ਕੀ ਹੈ ਜੀ ਅਕਬਰ ਦੀ ਬਾਇਓਗ੍ਰਾਫੀ ਹੈ ਅਕਬਰ ਦੀ ਸਵੈ ਜੀ ਸੌਰੀ ਸਵੈ ਕਿਹਾ ਜਾਂਦਾ ਜੀਵਨੀ ਹੈ ਜੀ ਅਕਬਰ ਦੀ ਅਕਬਰ ਦੀ ਜੀਵਨੀ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜੀ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜਿਹੜੇ ਆ ਤਿੰਨ ਭਾਗ ਵੰਡੇ ਜਾਂਦੇ ਆ ਜੀ ਇਹ ਪਹਿਲੇ ਭਾਗ ਦੇ ਵਿੱਚ ਅਕਬਰ ਦੇ ਦਾਦੇ ਪਰਦਾਦੇਆਂ ਦੇ ਮੁਗਲਾਂ ਦਾ ਇਤਿਹਾਸ ਆ ਜੀ ਦੂਜੇ ਭਾਗ ਦੇ ਵਿੱਚ ਅਕਬਰ ਦਾ ਰਾਜ ਪ੍ਰਣਾਲੀ ਅਕਬਰ ਦੀ ਉਸ ਸਮੇਂ ਦੀ ਐਡਮਿਨਿਸਟ੍ਰੇਸ਼ਨ ਅਕਬਰ ਦੀ ਸਾਰੀ ਜ਼ਿੰਦਗੀ ਦੇ ਬੇਰਵਾ ਦਿੱਤਾ ਗਿਆ ਜੀ ਤੀਜੀ ਦੇ ਵਿੱਚ ਕਹਿੰਦੇ ਆ ਬুল ਫਜ਼ਲ ਨੇ ਆਪ ਦੀਆਂ ਗੱਲਾਂ ਕੀਤੀਆਂ ਵੀ ਅਕਬਰ ਦੇ ਰਾਜ ਨੂੰ ਉਹ ਕਿਸ ਤਰੀਕੇ ਨਾਲ ਵੇਖਦਾ ਸੀ ਇਹ ਤੀਜੇ ਭਾਗ ਨੂੰ ਕਈ ਵਾਰ ਨਾਮ 아이ਨੇ اکبرੀਆ ਇਸ ਕਰਕੇ 아이ਨੇ اکبرੀ ਆజే ਜੇ اکبر ਨਾਮ ਆజే आंसर ਤੁਹਾਡਾ আবুল ਫਜ਼ਲੀ ਆਏਗਾ ਉਹਨਾਂ आंसर ਬਿਲਕੁਲ ਕੀ ਆਏਗਾ ਜੀ আবুল ਫਜ਼ਲ ਦੋਸਤੋ ਅਗਲੇ ਕੁਐਸਚਨ ਦੇ ਵੱਲ ਚਲਦੇ ਹਾਂ ਜੀ ਅਗਲਾ ਸਵਾਲ ਦੇਖਦੇ ਹਾਂ ਹਰ ਸੰਸਦੀ ਮੀਟਿੰਗ ਦਾ ਪਹਿਲਾ ਘੰਟਾ ਕਾਦੇ ਵਾਸਤੇ ਹੁੰਦਾ ਜੀ ਜਿਹੜਾ ਪਹਿਲਾ ਆਵਰ ਹੁੰਦਾ ਜੀ ਹਰ ਇੱਕ ਸੰਸਦੀ ਮੀਟਿੰਗ ਦਾ ਉਹ ਪਹਿਲਾ ਆਵਰ ਕਾਦੇ ਵਾਸਤੇ ਹੁੰਦਾ ਦੋਸਤੋ ਹੈ ਤੁਹਾਡੇ ਵਾਲੀ ਹਾਦੀ ਮੈਂ ਵੇਖੀ ਆ एग्जाम ਕਲੀਅਰ ਹੋ ਗਿਆ ਤੇ ਪਰ ਟੀਚਰਸ ਨੂੰ ਨਹੀਂ ਦੱਸਣਾ ਕਿਉਂ ਬਸ ਆਪਣਾ ਕੰਮ ਤੇ ਨਿਕਲ ਗਿਆ ਐਨੇ ਮਤਲਬੀ ਭਾਈ ਤੁਸੀਂ ਕਿੱਦੇ ਤੋਂ ਬਣ ਗਏ ਮੈਨੂੰ ਦੱਸੋ ਜਰਾ ਆ ਵੇਖੋ ਮੈਂ ਥੋੜਾ ਜਿਹਾ ਬੋਲਿਆ ਤੇ 50 ਜਣਾਂ ਨੇ ਕਹਿਤਾ ਮੇਰਾ ਵੀ ਕਲੀਅਰ ਆ ਜੀ ਮੇਰਾ ਵੀ ਕਲੀਅਰ ਤੇ ਮੈਨੂੰ ਨਹੀਂ ਦੱਸਿਆ ਕਿਸੇ ਨੇ ਸਿਰਫ 10 12 ਜਣਾਂ ਨੇ ਛੱਡ ਕੇ ਸਿੰਪਲੀ ਇੱਕ ਚੀਜ਼ ਆਪਦੇ ਮਨ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਕਰੋ ਜੋ ਤੁਸੀਂ ਕੋਈ ਚੀਜ਼ ਕਿਸ ਤੋਂ ਮਤਲਬ ਲੈਣੇ ਹੋ ਨਾ ਭਾਵੇਂ ਉਹ ਸਿੱਖਿਆ ਹੋਵੇ ਪਾ ਮੇ ਉਹ ਕੋਈ ਵੈਸੇ ਕੋਈ ਵੀ ਸੰਜੀਵ ਨਜੀਬ ਵਰਸ એનર્ਜੀ ਵਸਤੂ ਕੋਈ ਵੀ ਹੋਵੇ ਇੱਕ ਵਾਰੀ ਮੈਂ ਨਹੀਂ ਕਹੂੰਗਾ ਉਹਦੀ ਗੁਲਾਮੀ ਨਹੀਂ ਕਰਨੀ ਇੱਕ ਵਾਰੀ ਉਹਦਾ ਥੈਂਕ ਯੂ ਜ਼ਰੂਰ ਬੋਲ ਜਾ ਕਰੋ ਕੋਈ ਵੀ ਇਨਸਾਨ ਹੋਵੇ ਦੁਨੀਆ ਤੇ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਮੈਨਰਸ ਹੁੰਦੀਆਂ ਬੱਚੋ ਸਾਰਿਆਂ ਨੂੰ ਵਧਾਈਆਂ ਭਾਈ ਸਾਰਿਆਂ ਨੂੰ ਮੁਬਾਰਕਾਂ ਨੇ ਜਿਹੜੇ ਜਣਿਆਂ ਦਾ ਪੇਪਰ ਕਲੀਅਰ ਹੋਇਆ ਵਧੀਆ ਤਰੀਕੇ ਨਾਲ ਹੋਰ ਵਾਲੇ ਅਗਲੇ ਪੇਪਰਾਂ ਦੇ ਵਾਸਤੇ ਵੀ ਆਪਦੇ ਆਪ ਨੂੰ ਫਿੱਟ ਰੱਖੋ ਤੇ ਹਿੰਦੀ ਫਿਲਮਾਂ ਵਾਲੇ ਸ਼ਕਤੀ ਕਪੂਰ ਵਾਂਗੂ एहसान फरामोश ਨਾ ਬਣਿਆ ਕਰੋ ਠੀਕ ਹੈ ਤੇ ਚਲੋ ਆਪ ਵੀ ਖੁਸ਼ੀ ਨੂੰ ਵੰਡ ਕੇ ਮਨਾਇਆ ਕਰੋ ਹਰ ਸੰਸਦ ਦੀ ਮੀਟਿੰਗ ਦਾ ਪਹਿਲਾ ਘੰਟਾ ਕਿਹੜਾ ਹੁੰਦਾ ਜੀ ਜਿਹੜਾ ਪਹਿਲਾ ਆਵਰ ਹੁੰਦਾ ਉਹਦਾ ਜੀ ਕੁਐਸਚਨ ਆਵਰ ਪਹਿਲੇ ਘੰਟੇ ਚ ਕੀ ਕਰਨਾ ਕੰਮ ਧੰਦੇ ਕਰਨਾ ਜੀ ਕੁਐਸਚਨਿੰਗ ਕਰਨੀ ਹੈ ਪਹਿਲਾ ਆਵਰ ਕਿਹੜਾ ਹੁੰਦਾ ਜੀ ਕੁਐਸਚਨ ਕਰਨਾ ਹਨਾ ਪਹਿਲਾ ਆਵਰ ਕਹਾਦਾ ਕੁਐਸਚਨ ਆਵਰ ਉਸ ਤੋਂ ਬਾਅਦ ਕੀ ਹੋਊਗਾ ਜੀ ਸਰ ਉਸ ਤੋਂ ਬਾਅਦ ਜ਼ੀਰੋ ਆਵਰ ਹੋਊਗਾ ਉਸ ਤੋਂ ਬਾਅਦ ਕੀ ਹੋਊਗਾ ਬੱਚੋ ਜ਼ੀਰੋ ਆਵਰ ਹੋਊਗਾ ਜੀ ਬਸ ਆ ਗੱਲ ਆ ਜੀ ਸੰਸਦ ਦੇ ਕਿੰਨੇ ਸੈਸ਼ਨ ਹੁੰਦੇ ਆ ਜੀ ਤਿੰਨ ਸੈਸ਼ਨ ਹੁੰਦੇ ਆ ਤਿੰਨ ਕਿਹੜੇ ਕਿਹੜੇ ਜੀ ਬਜਟ ਸੈਸ਼ਨ ਮੌਨਸੂਨ ਸੈਸ਼ਨ ਤੇ ਵਿంటర్ ਸੈਸ਼ਨ ਆ ਤਿੰਨ ਸੈਸ਼ਨ ਹੁੰਦੇ ਆ ਜੀ ਸਾਡੇ ਕੋਲੇ ਅਗਲਾ ਕੁਐਸਚਨ ਵੇਖਦੇ ਆ ਕੀ ਕਹਿੰਦਾ ਅਰਥਸ਼ਾਸਤਰ ਪੁਸਤਕ ਕਿਸ ਦੇ ਦੁਆਰਾ ਲਿਖੀ ਗਈ ਹੈ ਜੀ ਅਰਥਸ਼ਾਸਤਰ ਪੁਸਤਕ ਆ ਜਿਹੜੀ ਉਹ ਕਿਸ ਦੇ ਦੁਆਰਾ ਲਿਖੀ ਗਈ ਹੈ ਪਿਆਰੇ ਦੋਸਤੋ ਦੱਸੋ ਅਰਥਸ਼ਾਸਤਰ ਪੁਸਤਕ ਕਿਸ ਦੇ ਦੁਆਰਾ ਲਿਖੀ ਗਈ ਹੈ ਕਾਟਲਿਆ ਦੁਆਰਾ ਅਬুল ਫਜ਼ਲ ਦੁਆਰਾ ਭਾਸਕਰ ਦੁਆਰਾ ਜਾਂ ਵਿਕਰਮ ਸੇਨ ਦੁਆਰਾ ਕਿਸ ਦੇ ਦੁਆਰਾ That's so. Very good. ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਆ ਰਿਹਾ ਅਰਥ ਸ਼ਾਸਤਰ ਕੀ ਦੁਆਰਾ ਲਿਖੀ ਕੌਟਲਿਆ ਦੁਆਰਾ ਲਿਖੀ ਗਈ ਜੀ ਕੌਟਲਿਆ ਦੁਆਰਾ ਲਿਖੀ ਗਈ ਸਾਡੇ ਕੋਲੇ ਅਰਥ ਸ਼ਾਸਤਰ ਕਿਤਾਬ ਕੌਟਲਿਆ ਕੌਟਲਿਆ ਦਾ ਨਾਮ ਵੀ ਨਹੀਂ ਸੁਣਿਆ ਕਿਸੇ ਨੇ ਜੇ ਕੌਟਲਿਆ ਨਹੀਂ ਸੁਣਿਆ ਤਾਂ ਭਾਈ ਇੱਕ ਨਾਮ ਕੌਟਲਿਆ ਨੂੰ ਵਿਸ਼ਨੂੰ ਗੁਪਤ ਦੇ ਨਾਮ ਦੇ ਨਾਲ ਵੀ ਜਾਣਦੇ ਆ ਜੀ ਕਿਹੜੇ ਨਾਮ ਦੇ ਨਾਲ ਵਿਸ਼ਨੂੰ ਗੁਪਤ ਦੇ ਨਾਮ ਦੇ ਨਾਲ ਵੀ ਕੌਟਲਿਆ ਨੂੰ ਜਾਣਦੇ ਆ ਸਰ ਵਿਸ਼ਨੂੰ ਗੁਪਤ ਵੀ ਨਹੀਂ ਸੁਣਿਆ ਵਿਸ਼ਨੂੰ ਗੁਪਤ ਵੀ ਨਹੀਂ ਸੁਣਿਆ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਭਾਈ ਚਾਣਕਿਆ ਤਾਂ ਸੁਣਿਆ ਹੋਵੇਗਾ ਹਾਂ ਸਾਰਾ ਆਜਰੂ ਸੁਣਿਆ ਤੇ ਚਾਣਕਿਆ ਦੁਆਰਾ ਲਿਖੀ ਗਈ ਆ ਭਾਈ ਜਿਹੜੀ ਕਿਤਾਬ ਆ ਅਰਥਸ਼ਾਸਤਰ ਚਾਣਕਿਆ ਵਿਸ਼ਨੂੰ ਗੁਪਤ ਤੇ ਕੌਟਲਿਆ ਇੱਕੋ ਹੀ ਬੰਦੇ ਦੇ ਨਾਮ ਨੇ ਚੰਦਰਗੁਪਤ ਮੌਰੇ ਦੇ ਦਰਬਾਰ ਦੇ ਵਿੱਚ ਸੀ ਚੰਦਰਗੁਪਤ ਦਾ ਜਿਹੜਾ ਇਲਾਕਾ ਸੀ ਚੰਦਰਗੁਪਤ ਦਾ ਰਾਜ ਸਿੰਘ ਆਸਨ ਸੀ ਉਹਨੂੰ ਵਧਾਉਣ ਦੇ ਵਾਸਤੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਭਾਈ ਕੌਟਲਿਆ ਦਾ ਜਾਂ ਵਿਸ਼ਨੂੰ ਗੁਪਤ ਦਾ ਜਾਂ ਭਾਈ ਆਪਣੇ ਕੋਲੇ ਚਾਣਕਿਆ ਦਾ ਹੀ ਸੀ ਅਗਲਾ ਕੁਐਸਚਨ ਦੇਖੋ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨ राष्ट्रीय झंडे की लंबाई चौड़ाई लेंथ इन टू लेंथ इन टू लेंथ ब्रैथ ब्रेथ अनुपात की रेशो की होगी बहुत आसान नवजोत कौर सर पंजाब पुलिस कॉन्स्टेबल के फॉर्म कब आएंगे बहुत जल्दी आएंगे जी आ, वैसे तो चौदह सौ पचास वैकेंसी जो हैं वो मुख्यमंत्री साहब ने अनाउंस तो कर दिए तो उनमें से कॉन्स्टेबल की होएगी ਯਾ ਵੀ ਨਹੀਂ ਹੋਏਗੀ ਇਸ ਚੀਜ਼ ਦੀ ਅਭੀ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਫਿਲਹਾਲ ਆਪ ਤਿਆਰੀ ਕੀਜੀਏ ਹਰ ਸਾਲ ਕੌਨਸਟੇਬਲ ਕੀ ਸੌਰੀ ਹਰ ਸਾਲ ਪੰਜਾਬ ਪੁਲਿਸ ਕੀ ਦੇਖੋ ਵੈਕੈਂਸੀ ਆਏਗੀ ਉਸਕੇ ਲਈ ਆਪਣੇ ਆਪ ਕੋ ਪ੍ਰਪੇਅਰ ਰੱਖਿਏ ਬਾਕੀ ਅਗਰ ਤੁਹਾਡੇ ਚ ਕੋਈ 10th ਪਾਸ ਹੈ 10ਵੀਂ ਪਾਸ ਹੈ ਤਾਂ SSC ਦੇ ਵਿੱਚ SSC GD ਦੀਆਂ ਵੈਕੈਂਸੀਆਂ ਆ ਗਈਆਂ ਉਹਦੇ ਵਿੱਚ ਹੀ ਫਾਰਮ ਅਪਲਾਈ ਕਰੋ ਆਲਮੋਸਟ ਸਿਲੇਬਸ ਸੇਮ ਹੈ ਲਗਭਗ ਸਿਲੇਬਸ ਸੇਮ ਆ ਮੜਾ ਮੋਟਾ ਡਿਫਰੈਂਸ ਜਿਹੜਾ ਪਿਆ ਜਾਂਦਾ ਵੀ ਉਹ ਚ ਪੰਜਾਬ ਜੀਕੇ ਨਹੀਂ ਪੜ੍ਹਨੀ ਪਊਗੀ ਤੁਹਾਨੂੰ ਉਹ ਚ ਹਿੰਦੀ ਪੜ੍ਹਨੀ ਪੈ ਜਾਂਦੀ ਹੈ ਬਸ ਉਹ ਚ ਪੰਜਾਬੀ ਨਹੀਂ ਪੜ੍ਹਨੀ ਪੈਂਦੀ ਹਿੰਦੀ ਪੜ੍ਹਨੀ ਪੈਂਦੀ ਹੈ ਬਾਕੀ ਸਭ ਕੁਝ ਸੇਮ ਆ ਦੋਸਤੋ ਜਰੂਰ ਪੜਿਓ ਜੀ ਕਹਿੰਦੇ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕੀ ਹੋਏਗਾ ਜੀ ਕੀ ਹੋਏਗਾ ਅਨੁਪਾਤ ਅਨੁਪਾਤ ਹੋਏਗਾ ਸਰ ਜੀ ਸਾਡੇ ਕੋਲੇ 3 ਅਨੁਪਾਤ 2 3:2 ਹੈ ਜਿਹੜਾ ਲੰਬਾਈ ਤੇ ਚੌੜਾਈ ਦਾ ਅਨੁਪਾਤ ਹੈ ਜੀ ਰਾਸ਼ਟਰੀ ਝੰਡੇ ਦਾ तिरंगा जेड़ा तिरंगा जेड़ा बच्चों ਸਾਡਾ ਰਾਸ਼ਟਰੀ ਝੰਡਾ ਹੈ ਇਸ ਤਿਰੰਗੇ ਦੀ ਲੰਬਾਈ ਤੇ ਚੜਾਈ ਦਾ ਅਨੁਪਾਤ ਕੀ ਹੈ ਜੀ 3:2 ਪਿਆਰੇ ਦੋਸਤੋ ਇੱਕ ਗੱਲ ਯਾਦ ਰੱਖਿਓ ਜਿਹੜਾ ਝੰਡਾ ਹੈ ਤਿਰੰਗਾ ਹੈ ਬੱਚੇ ਉਹ ਉਲ ਜਾਂਦੀ ਹੈ ਜਦੋਂ ਚੜਾਈ ਅਤੇ ਬ੍ਰੈਥ ਇਨ ਟੂ ਲੈਂਥ ਦੀ ਰੇਸ਼ੋ ਪੁੱਛਦਾ ਉਦੋਂ 2:3 ਆਜੂਗਾ ਪਲਟ ਜੂਗਾ ਜੀ ਠੀਕ ਹੈ ਗੱਲ ਯਾਦ ਰੱਖਿਓ ਜਿਹੜਾ ਆਪਣਾ ਭਾਰਤ ਦਾ ਰਾਸ਼ਟਰੀ ਤਿਰੰਗਾ ਹੈ ਜਾਂ ਰਾਸ਼ਟਰੀ ਝੰਡਾ ਹੈ ਬੱਚੋ ਇਹਦੇ ਵਿੱਚ ਜਿਹੜਾ ਵਿਚਰਾ ਅਸ਼ੋਕ ਚੱਕਰ ਹੈ ਜੀ ਜਿਹੜਾ ਅਸ਼ੋਕ ਚੱਕਰ ਹੈ ਇਹ ਕਹਿੰਦੇ ਜਸਟਿਸ ਨੂੰ ਰਿਪਰਜੈਂਟ ਕਰਦਾ ਜੀ ਇਹ ਜਸਟਿਸ ਦਾ ਸਾਡੇ ਕੋਲ ਪ੍ਰਤੀਬਿੰਬ ਪ੍ਰਗਟ ਕਰਦਾ ਜਿਹੜਾ ਜਸਟਿਸ ਦਾ ਤੇ ਇਸ ਤਿਰੰਗੇ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਡਿਜ਼ਾਈਨ ਤਿਆਰ ਕੀਤਾ ਬੱਚੋ ਪੇਂਗਾਲੀ ਵੈਂਕਿਆ ਨੇ ਕਿਸ ਨੇ ਜੀ ਪੇਂਗਾਲੀ ਵੈਂਕਿਆ ਨੇ ਪੇਂਗਾਲੀ ਵੈਂਕਿਆ ਨੇ ਜਿਹੜਾ ਡਿਜ਼ਾਈਨ ਤਿਆਰ ਕੀਤਾ ਦੋਸਤੋ ਬਹੁਤ ਅੱਛੇ ਅਗਲਾ ਕੁਐਸਚਨ ਵੇਖਦੇ ਹਾਂ ਜੀ ਚਲੋ ਸਰ ਜੀ ਤੁਸੀਂ ਜੀਕੇ ਸਬਜੈਕਟ ਬਹੁਤ ਈਜ਼ੀ ਬਣਾ ਦਿੱਤਾ ਪਹਿਲਾਂ ਮੈਂ ਜੀਕੇ ਤੋਂ ਬਹੁਤ ਡਰਦਾ ਸੀ ਥੈਂਕ ਯੂ ਚਲੋ ਸਰ ਜੀ ਬਹੁਤ ਅੱਛੀ ਗੱਲ ਆ ਕਹਿੰਦੇ ੇਠਾਂ ਲਿਖਿਆਂ ਵਿੱਚੋਂ ਕਿਹੜੀ ਸਾਈਟ ਗੌਤਮ ਬੁੱਧ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਜੀ ਗੌਤਮ ਬੁੱਧ ਗੌਤਮ ਬੁੱਧ ਜਾਨੀ ਕਿ ਮਹਾਤਮਾ ਬੋਧ ਜੀ ਦੇ ਜਨਮ ਦੇ ਨਾਲ ਕਿਹੜੀ ਸਾਈਟ ਆ ਜਿਹੜੀ ਬੱਚੋ ਇਹਦੇ ਵਿੱਚੋਂ ਜੁੜੀ ਹੋਈ ਹੈ ਸਾਰਨਾਥ ਲੁੰਬਿਨੀ ਕੁਸ਼ੀਨਗਰ ਜਾਂ ਭਈ ਆਪਣੇ ਕੋਲੇ ਬੋਧ ਗਿਆ ਕੀ ਆਏਗਾ ਜਵਾਬ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸਾਈਟ ਗੌਤਮ ਬੁੱਧ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਜੀ ਉਹ ਕਿਹੜੀ ਸਾਈਟ ਆ ਬੱਚੋ ਲੁੰਬਿਨੀ ਸਾਈਟ ਆ ਜਿੱਥੇ ਲੁੰਬਿਨੀ ਦੇ ਵਿੱਚ ਇਹਨਾਂ ਦਾ ਕੀ ਹੋਇਆ ਸੀ ਜਨਮ ਹੋਇਆ ਸੀ ਦੋਸਤੋ ਗੌਤਮ ਬੁੱਧ ਜੀ ਦਾ ਇਹਨਾਂ ਦਾ ਬਚਪਨ ਦਾ ਨਾਮ ਕੀ ਸੀ ਸਿਧਾਰਥ ਤੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਬੱਚੋ ਬੋਧ ਗਿਆ ਦੇ ਵਿੱਚ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਜੀ ਇਹਨਾਂ ਨੂੰ ਬੋਧ ਗਿਆ ਚ ਬੋਧ ਗਿਆ ਕਿੱਥੇ ਪੈਂਦਾ ਬਿਹਾਰ ਦੇ ਵਿੱਚ ਤੇ ਮਹਾਤਮਾ ਬੋਧ ਜੀ ਦਾ ਜਿਹੜਾ ਜ਼ਿਆਦਾਤਰ ਦਾ ਸਮਾਂ ਸੀ ਉਹ ਬਿਹਾਰ ਜਾਂ ਨੇਪਾਲ ਦੇ ਇਲਾਕਿਆਂ ਦੇ ਵਿੱਚ ਜਿਹੜਾ ਗੁਜ਼ਰਿਆ ਬੱਚੋ ਬਹੁਤ ਅੱਛੇ ਕੀ ਬਾਤ ਹੈ ਜੀ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਅਗਲਾ ਸਵਾਲ ਬੰਗਲਾਦੇਸ਼ ਵਿੱਚ ਕਿਸ ਨਦੀ ਦਾ ਨਾਮ ਪਦਮਾ ਹੈ ਕਿਸ ਨਦੀ ਦਾ ਨਾਮ ਹੈ ਜਿਹੜਾ ਬੱਚਾ ਉਹ ਪਦਮਾ ਜੀ ਬੰਗਲਾਦੇਸ਼ ਦੇ ਵਿੱਚ ਕਿਹੜੀ ਨਦੀ ਨੂੰ ਪਦਮਾ ਬੋਲਿਆ ਜਾਂਦਾ ਦੱਸੋ ਬੰਗਲਾਦੇਸ਼ ਤੋਂ ਇੱਕ ਗੱਲ ਮੇਰੀ ਯਾਦ ਆਉਂਦੀ ਹੈ ক্রিকেট ਜਿਹੜੇ-ਜਿਹੜੇ ਵੇਖਦਾ ਨੂੰ ਸ਼ਾਕਿਬ ਅਰਸਦਨ ਦੀ ਸ਼ਕਲ ਯਾਦ ਆ ਜਾਂਦੀ ਹਣੀ ਕੀਤਾ ਚਾ ਕੈਸੀ ਮੈਥਿਊਜ਼ ਨਾਲ ਬੰਗਲਾਦੇਸ਼ ਕਿਸ ਬੰਗਲਾਦੇਸ਼ ਕਿਸ ਨਦੀ ਨੂੰ ਪਦਮਾ ਬੋਲਿਆ ਜਾਂਦਾ ਪਹਿਲਾਂ ਨਾ ਬੰਗਲਾਦੇਸ਼ ਜਿਹੜਾ ਸੀ ਉਹ ਈਸਟ ਪਾਕਿਸਤਾਨ ਵੈਸਟ ਪਾਕਿਸਤਾਨ ਇਸ ਤਰੀਕੇ ਨਾਲ ਜਾਣੇ ਜਾਂਦੇ ਸੀ ਪਾਕਿਸਤਾਨ ਦੇ ਦੋ ਹਿੱਸੇ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ 1947 ਨੂੰ ਪਾਕਿਸਤਾਨ ਬਣਿਆ ਤੇ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਤੇ ਚੱਲਦਾ ਰਿਹਾ ਜੀ ਕੰਮ ਚੱਲਦਾ ਰਿਹਾ 1971 ਦੇ ਜੋ ਪਾਕਿਸਤਾਨ ਤੇ ਇੰਡੀਆ ਦੀ 71 72 ਦੇ ਜੰਗ ਹੋਈ ਉਹ ਚ ਹਿੰਦੁਸਤਾਨ ਜਿੱਤਿਆ ਭਾਰਤ ਦੀ ਜਿਹੜੀ ਫੌਜ ਨੇ ਪਰਚਮ ਲਹਿਰਾਇਆ ਤਿਲੰਗਾ ਲਹਿਰਾਇਆ ਜੀ ਤੇ ਉਸ ਤੋਂ ਬਾਅਦ ਬੰਗਲਾਦੇਸ਼ ਜਿਹੜਾ ਇੱਕ ਅਲੱਗ ਮੁਲਕ ਬਣ ਗਿਆ ਬੰਗਲਾਦੇਸ਼ ਤੋਂ ਸੁਤੰਤਰ ਅਲੱਗ ਦੇਸ਼ ਬਣ ਗਿਆ ਜੀ ਤੇ ਬੰਗਲਾਦੇਸ਼ ਜਿਹੜਾ ਹੈ ਉਹਦੀ ਹੱਦ ਦਾ ਜਿਹੜੀ ਬਾਉਂਡਰੀ ਹੈ ਉਹ 4075 ਕਿਲੋਮੀਟਰ ਭਾਰਤ ਦੇ ਨਾਲ ਲੱਗਦੀ ਹੈ ਤੇ ਸਭ ਤੋਂ ਲੌਂਗੇਸਟ ਬਾਉਂਡਰੀ ਸ਼ੇਅਰ ਕਰਦਾ ਜੀ ਬੰਗਲਾਦੇਸ਼ ਇੰਡੀਆ ਦੇ ਨਾਲ ਪਿਆਰੇ ਦੋਸਤੋ ਤੇ ਬੰਗਲਾਦੇਸ਼ ਦੇ ਵਿੱਚ ਕਹਿੰਦੇ ਪਦਮਾ ਨਾਮ ਦੀ ਨਦੀ ਜਿਹੜੀ ਹੈ ਉਹ ਗੰਗਾ ਨੂੰ ਪਦਮਾ ਬੋਲਿਆ ਜਾਂਦਾ ਜੀ ਗੰਗਾ ਨੂੰ ਕੀ ਬੋਲਿਆ ਜਾਂਦਾ ਬੱਚੋ ਪਦਮਾ ਬੋਲਿਆ ਜਾਂਦਾ ਹੈ ਇਸ ਪੁਆਇੰਟ ਦੇ ਵੱਲ ਜ਼ਰੂਰ ਗੌਰ ਕਰਿਓ ਜੀ ਪਦਮਾ ਬ ਅਗਲਾ ਕੁਐਸਚਨ ਮੰਤਰੀ ਮੰਡਲ ਸਮੂਹਕ ਤੌਰ ਤੇ ਜ਼ਿੰਮੇਵਾਰ ਹੁੰਦਾ ਜੀ ਕਿਨੂੰ ਮੰਤਰੀ ਮੰਡਲ ਬੱਚੋ ਸਮੂਹਕ ਤੌਰ ਤੇ ਕਿਸ ਨੂੰ ਜ਼ਿੰਮੇਵਾਰ ਹੁੰਦਾ ਦੱਸੋ ਸਮੂਹਕ ਤੌਰ ਤੇ ਜਾਨੀ ਕਿ ਪੂਰਾ ਮੰਤਰੀ ਮੰਡਲ ਉਹ ਚ 10 11 12 15 20 ਜਿੰਨੇ ਵੀ ਮੰਤਰੀ ਨੇ ਉਹ ਜਿੰਨੇ ਵੀ ਮੰਤਰੀ ਨੂੰ ਸਮੂਹਕ ਤੌਰ ਤੇ ਕਿਨੂੰ ਜ਼ਿੰਮੇਵਾਰ ਹੋਣਗੇ ਉਹਨਾਂ ਤੋਂ ਕੌਣ ਸਵਾਲ ਕਰ ਸਕਦਾ ਜੀ ਸਮੂਹਕ ਤੌਰ ਤੇ ਜੇ ਪਈ ਉਹਨਾਂ ਨੂੰ ਜਵਾਬ ਕਿਨੂੰ ਦੇਣਾ ਪਏਗਾ ਵੈਰੀ ਗੁੱਡ ਕੀ ਆਏਗਾ ਜਵਾਬ ਇਸ ਸਵਾਲ ਦਾ ਜਵਾਬ ਆਏਗਾ ਜੇ ਸਮੂਹਕ ਤੌਰ ਤੇ ਮੰਤਰੀ ਮੰਡਲ ਆ ਉਹ ਲੋਕ ਸਭਾ ਨੂੰ ਜਵਾਬਦੇ ਹੁੰਦਾ ਜੀ ਸਮੂਹਕ ਤੌਰ ਤੇ ਦੇਖੋ ਜੇ ਕੋਈ ਇੱਕ ਮੰਤਰੀ ਹੋਵੇ ਜੇ ਕੋਈ ਇੱਕ ਮੰਤਰੀ ਹੋਵੇ ਭਾਈ ਹੈ ਉਹ ਮੰਤਰੀ ਨੂੰ ਸਵਾਲ ਪੀਐਮ ਪੁੱਛੂਗਾ ਪ੍ਰੈਸੀਡੈਂਟ ਪੁੱਛੂਗਾ ਪੂਰਾ ਮੰਤਰੀ ਮੰਡਲ ਕਿਹਦੇ ਹੱਥਾਂ 'ਚ ਹੁੰਦਾ ਭਾਈ ਲੋਕ ਸਭਾ ਦੇ ਤੇ ਲੋਕ ਸਭਾ ਨੂੰ ਜਵਾਬਦੇ ਹੁੰਦੇ ਆ ਤੇ ਜਿਹੜੀ ਭਾਈ ਮੈਂ ਗੱਲ ਕਰਦਾ ਲੋਕ ਸਭਾ ਦੇ ਲੋਕ ਸਭਾ ਜਿਹੜੀ ਆ ਸਾਡੇ ਕੋਲੇ ਕੀ ਆ ਸੀ ਨੰਬਰ ਆਰਟੀਕਲ ਦੇ ਵਿੱਚ ਹੁੰਦੀ ਆ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਘੱਟੋ ਘੱਟ ਉਮਰ 25 ਸਾਲ ਚਾਹੀਦੀ ਆ ਪਿਆਰੇ ਦੋਸਤੋ ਤੇ ਪਹਿਲੀ ਲੋਕ ਸਭਾ ਦਾ ਸਪੀਕਰ ਜਿਹੜਾ ਸੀ ਉਹ ਜੀ ਵੀ ਮਾਲਵਾਂਕਰ ਸੀਗਾ ਦੋਸਤੋ ਇਹਨੂੰ ਲੋਕ ਸਭਾ ਦਾ ਪਿਤਾਵਾ ਵੀ ਕਿਹਾ ਜਾਂਦਾ ਜੀ ਜੀ ਵੀ ਮਾਲਵਾਂਕਰ ਨੂੰ ਫਾਦਰ ਆਫ ਲੋਕ ਸਭਾ ਵੀ ਬੋਲਿਆ ਜਾਂਦਾ ਪਿਆਰੇ ਦੋਸਤੋ ਇਹ ਗੱਲ ਯਾਦ ਰੱਖਿਓ ਲੋਕ ਸਭਾ ਦੀ ਪਹਿਲੀ ਬੀਬੀ ਸਪੀਕਰ ਕੌਣ ਸੀ ਮੀਰਾ ਕੁਮਾਰ ਸੀ ਦੋਸਤੋ ਇਹ ਵੀ ਇੰਪੋਰਟੈਂਟ ਬਣ ਜਾਂਦਾ ਜੀ ਮੀਰਾ ਕੁਮਾਰ ਵੀ ਪੁੱਛਿਆ ਜਾਂਦਾ ਕਈ ਵਾਰੀ ਇਹ ਵੀ ਭਾਈ ਬੀਬੀ ਦਾ ਨਾਮ ਸੀ ਅਗਲੇ ਸਵਾਲ ਦੇ ਵੱਲ ਚੱਲਦੇ ਆ ਕੀ ਕਹ ਕਹਿੰਦੇ ਵਿੱਚੋਂ ਕਿਸ ਰਾਸ਼ਟਰਪਤੀ ਨੇ ਇੱਕ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਜਿਸ ਨੂੰ ਪਾਕਟ ਵਿਟੋ ਜਿਸ ਨੂੰ ਸੰਵਿਧਾਨਕ ਪਾਸ ਸ਼ਬਦਾਵਲੀ ਦੇ ਵਿੱਚ ਪਾਕਟ ਵਿਟੋ ਕਿਹਾ ਜਾਂਦਾ ਜੀ ਪਾਕਟ ਵਿਟੋ ਕਿਹਾ ਜਾਂਦਾ ਬੱਚੋ ਦੱਸੋ ਜਦੋਂ ਸਮੂਹਕ ਤੌਰ ਤੇ ਹੋਊਗਾ ਨਾ ਜੇ ਕਿਸੇ ਨੂੰ ਪ੍ਰਾਈਮ ਮਿਨਿਸਟਰ ਉੱਤਰ ਲੱਗ ਰਿਹਾ ਵੀ ਯਾਰ ਸਮੂਹਕ ਤੌਰ ਤੇ ਜਿਹੜੇ ਮੰਤਰੀ ਮੰਡਲ ਉਹ ਜਵਾਬ ਦੇ ਕਿਹਨੂੰ ਹੋਊਗਾ ਸੋ ਪਿਆਰੇ ਬੱਚਿਓ ਇਹ ਗੱਲ ਯਾਦ ਰੱਖਿਓ ਜਦੋਂ ਸਮੂਹ ਦੀ ਗੱਲ ਕਰ ਲਈ ਸੁਣੋ ਇੱਕ ਵਾਰੀ ਧਿਆਨ ਨਾਲ ਸੁਣੋ ਜਦੋਂ ਸਮੂਹ ਦੀ ਗੱਲ ਕਰ ਲਈ ਐਚ ਅਗਰ 10 ਮੰਤਰੀ ਨੇ ਨਾ ਤਾਂ ਦਸਾਂ ਦੇ ਵਿੱਚੋਂ ਇੱਕ ਪੀਐਮ ਵੀ ਆ ਜੀ ਇਹ ਸਮੂਹਕ ਤੌਰ ਤੇ ਪੂਰਾ ਮੰਤਰੀ ਮੰਡਲ ਹੀ ਇਹਦੇ ਵਿੱਚ ਪੀਐਮ ਵੀ ਆ ਗਿਆ ਜੀ ਇਹ ਹੁਣ ਸਾਰੇ ਦਿਨੇ ਜਵਾਬ ਦੇ ਕਿਹਨੂੰ ਨੇ ਲੋਕ ਸਭਾ ਨੂੰ ਜਵਾਬ ਦੇਨੇ ਜੇ ਇੱਕ ਮੰਤਰੀ ਕਹੇ ਪਰ ਤੁਸੀਂ ਪੀਐਮ ਕਹਿੰਦੇ ਯਾਦ ਰੱਖੋ ਸੋਹਣੇ ਲੱਗੋ ਵੀ ਯਾਰ ਪ੍ਰਾਈਮ ਮਿਨਿਸਟਰ ਨੂੰ ਇੱਕ ਮਿਨਿਸਟਰ ਜਵਾਬ ਦੇਊਗਾ ਪਰ ਸਮੂਹਕ ਤੌਰ ਤੇ ਕਹਿ ਰਿਹਾ ਜੀ ਲਓ ਜੀ ਹੇਠਾਂ ਲਿਖੇ ਵਿੱਚੋਂ ਰਾਸ਼ਟਰਪਤੀ ਕੋਨ ਜੀ ਨੇ ਪੌਕੇਟ ਵਿਟੋ ਦੇਖੋ ਪੌਕੇਟ ਵਿਟੋ ਕੀ ਹੁੰਦਾ ਜੀ ਕੋਈ ਬਿੱਲ ਆ ਜਿਹੜਾ ਲੋਕ ਸਭਾ ਦੇ ਵਿੱਚੋਂ ਰਾਜ ਸਭਾ ਦੇ ਵਿੱਚੋਂ ਪਾਸ ਹੋ ਕੇ ਆ ਗਿਆ ਰਾਸ਼ਟਰਪਤੀ ਕੋਲੇ ਪਹੁੰਚ ਗਿਆ ਰਾਸ਼ਟਰਪਤੀ ਨੇ ਕੀ ਕਰਨਾ ਜੀ ਰਾਸ਼ਟਰਪਤੀ ਬਿੱਲ ਨੂੰ ਮਨਜ਼ੂਰ ਕਰੂਗਾ ਜਾਂ ਬਿੱਲ ਨੂੰ ਵਾਪਸ ਭੇਜੂਗਾ ਵੀ ਜਾਂ ਚੈੱਕ ਕਰੋ ਭਾਈ ਉਹਨੂੰ ਜਾਂ ਇਹਨੂੰ ਵਿਦਹੋਲਡ ਕਰੂਗਾ ਜਾਂ ਭਾਈ ਉਹਨੂੰ ਪੌਕੇਟ ਵਿਟੋ ਦੇ ਇਸਤੇਮਾਲ ਦੇ ਨਾਲ ਜਮ੍ਹਾਂ ਹੀ ਮਗਰਾਂ ਰੋਕ ਕੇ ਰੱਖ ਰੂ ਕਿੰਨਾ ਮਰਜ਼ੀ ਟਾਈਮ ਰੋਕ ਕੇ ਰੱਖ ਸਕਦਾ ਤੁਸੀਂ ਕਹੋਗੇ ਸਰ ਕਿਦਾਂ ਪੌਕੇਟ ਵਿਟੋ ਦਾ ਮਤਲਬ ਬਿੱਲ ਚੱਕੂਗਾ ਬਿੱਲ ਦਿੱਤਾ ਹੈ ਮਾਰੂਗਾ ਤੈ ਮਾਰ ਕੇ ਜੇਬ ਚ ਪਾਲੂਗਾ ਜਾਨੀ ਕਿ ਪੌਕੇਟ 1986 ਇਸਵੀ ਦੇ ਵਿੱਚ 1986 ਦੇ ਵਿੱਚ ਗਿਆਨੀ ਜੈਲ ਸਿੰਘ ਆਪਣੇ ਭਾਰਤ ਦੇ ਰਾਸ਼ਟਰਪਤੀ ਸਨ ਉਸ ਸਮੇਂ ਤੇ ਗਿਆਨੀ ਜੈਲ ਸਿੰਘ ਜੀ ਨੇ ਜਦੋਂ ਆਪਣੇ ਭਾਰਤ ਦਾ ਭਾਰਤ ਦੇ ਵਿੱਚ ਪੋਸਟ ਆਫਿਸ ਦਾ ਇੱਕ ਬਿੱਲ ਆਇਆ ਸੀ ਪੋਸਟ ਆਫਿਸ ਬਿੱਲ ਆਇਆ ਸੀ ਉਹਨੂੰ ਤਹਿ ਮਾਰ ਕੇ ਜੇਬ ਵਿੱਚ ਪਾ ਲਿਆ ਸੀ ਤੇ ਉਹ ਕਈ ਸਾਲ ਪਿਆ ਰਿਹਾ ਭਾਈ ਉਹਨੂੰ ਪਾਕਟ ਵਿਟੋ ਦਾ ਇਸਤੇਮਾਲ ਕੀਤਾ ਜਾਂਦਾ ਉਹ ਸਿਰਫ ਇੱਕ ਵਾਰੀ ਹੋਇਆ ਜੀ ਅੱਜ ਤੱਕ ਕਦੋਂ ਜੀ ਗਿਆਨੀ ਜੈਲ ਸਿੰਘ ਜੀ ਦੇ ਸਮੇਂ ਵਿੱਚ ਬੱਚੋ ਬਹੁਤ ਅੱਛੇ ਕੀ ਬਾਤ ਹੈ ਅਗਲਾ ਕੁਐਸਚਨ ਜਰਾ ਵੇਖਦੇ ਹਾਂ ਜੀ अगला सवाल मारो नजर बाल गंगा तिलक भारत की अशांति का पिता मां किसने किया जी अशांति यानी कि फादर ऑफ अनरेस्ट किसने बोलिया फादर ऑफ अनरेस्ट किसने बोलिया जी फादर ऑफ अनरेस्ट बच्चों किसने बोले दसो ਦਸੋ ਫਾਦਰ ਆਫ ਅਨਰੈਸਟ ਅਨਰੈਸਟ ਬੋਲੇ ਤਾਂ ਅਸ਼ਾਂਤੀ ਅਸ਼ਾਂਤੀ ਬੋਲੇ ਤਾਂ ਆ ਸ਼ਾਂਤ ਤਰੀਕਾ ਮਹਾਤਮਾ ਗਾਂਧੀ ਜੀ ਦਾ ਸੀ ਸਟਾਰਟਿੰਗ ਦੇ ਵਿੱਚ 1916 ਦੇ ਵਿੱਚ 1917 ਦੇ ਵਿੱਚ ਐਕਚੁਅਲ ਚ 1917 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਜੀ ਇੰਡੀਆ ਦੇ ਵਿੱਚ ਆ ਕੇ ਐਕਟਿਵ ਹੋਏ ਨਾ ਫਰੀडम ਸਟਰਗਲ ਮੂਵਮੈਂਟ ਦੇ ਵਿੱਚ ਤਾਂ ਉਸ ਵੇਲੇ ਉਹਨਾਂ ਦਾ ਤਰੀਕਾ ਜਿਹੜਾ ਸੀ ਬਹੁਤ ਸ਼ਾਂਤ ਸੀ ਸਾਰੇ ਜਣੇ ਸ਼ਾਂਤ ਤਰੀਕੇ ਨਾਲ ਥੋੜੀ ਆਜ਼ਾਦੀ ਮੰਗ ਰਹੇ ਸੀ ਬਹੁਤ ਜਣੇ ਸਨ ਜਿਹੜੇ ਚਪੇੜਿਆਂ ਤੇ ਵੀ ਤਿਆਰ ਸੀ ਵੀ ਚਪੇੜੇ ਮਾਰ ਕੇ ਵੀ ਲੈਣਾ ਕਿ ਪਿਸਤੌਲ ਚਲਾ ਕੇ ਵੀ ਆਜ਼ਾਦੀ ਲੈ ਲਾਂਗੇ ਸਾਰਾ ਕੁਝ ਹੁੰਦਾ ਸਾਨੂੰ ਉਹਨਾਂ ਦੇ ਵਿੱਚੋਂ ਇੱਕ ਭਗਤ ਸਿੰਘ ਜੀ ਉਹਨਾਂ ਦੇ ਵਿੱਚੋਂ ਇੱਕ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਬੁਟਕੇਸ਼ਵਰ ਦਾਤ ਆਪਣੇ ਕੋਲੇ ਉਹਨਾਂ ਦੇ ਵਿੱਚੋਂ ਹੀ ਭਾਈ ਆਪਣੇ ਕੋਲੇ ਕਰਤਾਰ ਸਿੰਘ ਜੀ ਸਰਾਬਾ ਉਹਨਾਂ ਦੇ ਵਿੱਚੋਂ ਸ਼ਹੀਦ ਉਦਮ ਸਿੰਘ ਉਹਨਾਂ ਦੇ ਵਿੱਚੋਂ ਪਰਫੁੱਲਾ ਚੱਕੀ ਉਹਨਾਂ ਦੇ ਵਿੱਚੋਂ ਖੁਦੀ ਰਾਮਬੋਸ ਉਹਨਾਂ ਦੇ ਵਿੱਚੋਂ ਜਤਿੰਦਾਸ ਤੇ ਉਹਨਾਂ ਦੇ ਵਿੱਚੋਂ ਇੱਕ ਕੌਣ ਭਾਈ ਸਾਡੇ ਕੋਲੇ ਬਾਲ ਗੰਗਾਧਰ ਤਿਲਕ ਇਹਨਾਂ ਨੂੰ ਉਸ ਸਮੇਂ ਬ੍ਰਿਟੇਨ ਦੇ ਪੀਐਮ ਸਨ ਬੱਚੋ ਆਪਣੇ ਕੋਲੇ ਵੈਲੈਂਟਾਈਨ ਚੀਰੋਲ ਤੇ ਉਹਨਾਂ ਨੇ ਕਿਹਾ ਸੀ ਭਈ ਭਾਰਤੀ ਸ਼ਾਂਤੀ ਦਾ ਪਿਤਾਮਾ ਕੌਣ ਆ ਬਾਲ ਗੰਗਾਧਰ ਤਿਲਕਾ ਜੀ ਭਾਰਤੀ ਸ਼ਾਂਤੀ ਦਾ ਪਿਤਾਮਾ ਕੌਣ ਆ ਬਾਲ ਗੰਗਾਧਰ ਤਿਲਕਾ ਇਹ ਉਹੀ ਬਾਲ ਗੰਗਾਧਰ ਤਿਲਕ ਨੇ ਬੱਚੋ ਇਹ ਉਹੀ ਬਾਲ ਗੰਗਾਧਰ ਤਿਲਕ ਨੇ ਜਿਹੜਾ ਭਾਈ ਜਿਨ੍ਹਾਂ ਨੇ ਗਣੇਸ਼ਾ ਫੈਸਟੀਵਲ ਦੀ ਸ਼ੁਰੂਆਤ ਕੀਤੀ ਸੀ ਮਹਾਰਾਸ਼ਟra ਦੇ ਵਿੱਚ ਗਣੇਸ਼ਾ ਫੈਸਟੀਵਲ ਦੀ ਸ਼ੁਰੂਆਤ ਕੀਤੀ ਇਹਨਾਂ ਨੇ ਇੱਕ ਰਸਾਲਾ ਚਲਾਇਆ ਸੀ ਉਹਨੂੰ ਕੇਸਰੀ ਰਸਾਲਾ ਬੋਲਿਆ ਜਾਂਦਾ ਜੀ ਕੇਸਰੀ ਦੇ ਵਿੱਚ ਇੱਕ ਮ ਕੇਸਰੀ ਨਾਮ ਦਾ ਇੱਕ ਮੈਗਜ਼ੀਨ ਚਲਾਇਆ ਸੀ ਇੱਕ ਇਹਨਾਂ ਨੇ ਮਰਾਠਾ ਨਾਮ ਦਾ ਮੈਗਜ਼ੀਨ ਚਲਾਇਆ ਸੀ ਬੱਚੋ ਮਰਾਠਾ ਤੇ ਕੇਸਰੀ ਦੋ ਮੈਗਜ਼ੀਨ ਚਲਾਏ ਜੀ ਕਿਨੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ ਜੀ ਨੇ ਬੀਜੀਟੀ ਨੇ ਦੋਸਤੋ ਇੱਕ ਨਾਲ ਇੰਪੋਰਟੈਂਟ ਫੈਕਟ ਇੰਪੋਰਟੈਂਟ ਪੁਆਇੰਟ ਯਾਦ ਰੱਖਿਓ ਇਹਨਾਂ ਦੀ ਡੈਥ ਆ ਜਿਹੜੀ ਉਹ ਅਗਸਤ ਦੇ ਵਿੱਚ 1920 ਦੇ ਸੌਰੀ 1920 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਤੇ ਜਿਹੜਾ ਇੱਕ ਸੈਸ਼ਨ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ 1920 ਦੇ ਵਿੱਚ ਇੱਕ ਸੈਸ਼ਨ ਹੋਇਆ ਸੀ ਕਲਕੱਤਾ ਸੈਸ਼ਨ ਵਿੱਚੋਂ ਕਲਕੱਤਾ ਦਾ ਸੈਸ਼ਨ ਸੀ ਉਸ ਕਲਕੱਤਾ ਸੈਸ਼ਨ ਦੀ ਪ੍ਰਧਾਨਗੀ ਕੀਤੀ ਸੀ 1920 ਦੇ ਵਿੱਚ ਲਾਲਾ ਲਾਜਪਤਰਾਏ ਜੀ ਨੇ ਲਾਲਾ ਲਾਜਪਤਰਾਏ ਨੇ ਜਿਹੜੀ ਪ੍ਰਧਾਨਗੀ ਕੀਤੀ ਉਸ ਸੈਸ਼ਨ ਦੇ ਆਖਰੀ ਇਹ ਜਨਾਂ ਦੀ ਜ਼ਿੰਦਗੀ ਦਾ ਆਖਰੀ ਸੈਸ਼ਨ ਸੀ ਜਿਹੜਾ ਆਪਣੇ ਕੋਲੇ ਬਾਲ ਗੰਗਾਦਰ ਤੇਜਪਾਲ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਹੈ ਬੱਚੋ ਉਹ اٹینڈ ਕੀਤਾ ਉਹ ਆਖਰੀ ਸੈਸ਼ਨ ਇਹ ਸੀ 1920 ਵਾਲਾ ਉਸ ਦੁਬਾਰਾ ਨਦੀ ਡੈਥ ਹੋ ਗਈ ਸੀ ਬੱਚੋ ਅਗਲੇ ਕੁਐਸਚਨ ਦੇ ਵੱਲ ਚੱਲਦੇ ਆ ਅਗਲਾ ਸਵਾਲ ਕਹਿੰਦੇ ਮਨੀ ਬਿੱਲ ਦੀ ਪਰਿਭਾਸ਼ਾ ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਹੈ ਜੀ ਭਾਰਤ ਦੇ ਵਿੱਚੋਂ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਆ ਮਨੀ ਬਿੱਲ ਦੀ ਪਰਿਭਾਸ਼ਾ ਜਿਹੜੀ ਆ ਯਾਨੀ ਕਿ ਡੈਫੀਨੇਸ਼ਨ ਆਫ ਮਨੀ ਬਿੱਲ ਡੈਫੀਨੇਸ਼ਨ ਆਫ ਮਨੀ ਬਿੱਲ ਪਿਆਰੇ ਦੋਸਤੋ ਦੱਸੋ ਡੈਫੀਨੇਸ਼ਨ ਆਫ ਮਨੀ ਬਿਲ ਡੈਫੀਨੇਸ਼ਨ ਆਫ ਮਨੀ ਬਿਲ ਦੱਸੋ ਜੀ ਕਿਹੜੇ 파ਰਟ ਦੇ 파ਰਟ ਕੇ ਤਾਂ ਸੌਰੀ ਕਿਹੜੇ ਆਰਟੀਕਲ ਦੇ ਵਿੱਚ ਆ ਜੀ ਕਿਹੜੇ ਆਰਟੀਕਲ ਦੇ ਵਿੱਚ ਆ ਡੈਫੀਨੇਸ਼ਨ ਆਫ ਮਨੀ ਬਿਲ ਦੇਖੋ ਮਨੀ ਬਿਲ ਇੱਕ ਐਦਾਂ ਦਾ ਬਿਲ ਆ ਜੀ ਜਿਹੜੇ ਨੂੰ ਰਾਸ਼ਟਰਪਤੀ ਜਿਹੜਾ ਵਾਪਸ ਮੋੜ ਨਹੀਂ ਭੇਜ ਸਕਦਾ ਵਾਪਸ ਨਹੀਂ ਭੇਜ ਸਕਦਾ ਹੁੰਦਾ ਰੀ ਚੈਕਿੰਗ ਵਾਸਤੇ ਤੇ ਮਨੀ ਬਿਲ ਹਮੇਸ਼ਾ ਲੋਕ ਸਭਾ ਦੇ ਵਿੱਚੋਂ ਸ਼ੁਰੂਆਤ ਹੋਏਗੀ ਜੀ ਮਨੀ ਬਿੱਲ ਦੀ ਸ਼ੁਰੂਆਤ ਹਮੇਸ਼ਾ ਲੋਕ ਸਭਾ ਦੇ ਵਿੱਚੋਂ ਹੀ ਹੋਏਗੀ ਤੇ ਮਨੀ ਬਿੱਲ ਲੋਕ ਸਭਾ ਦੇ ਵਿੱਚ ਹੀ ਰਹੇਗਾ ਇਹ ਵੀ ਗੱਲ ਯਾਦ ਰੱਖਿਓ ਸ਼ੁਰੂਆਤ ਇਹ ਲੋਕ ਸਭਾ ਦੇ ਵਿੱਚੋਂ ਹੋਈ ਹੈ ਤੇ ਰਾਸ਼ਟਰਪਤੀ ਦੀ ਪਰਮਿਸ਼ਨ ਦੇ ਨਾਲ ਹੀ ਮਨੀ ਬਿੱਲ ਲੈ ਕੇ ਆਉਂਦੇ ਆ ਜੀ ਰਾਸ਼ਟਰਪਤੀ ਦੀ ਪਰਮਿਸ਼ਨ ਦੇ ਨਾਲ ਹੀ ਮਨੀ ਬਿੱਲ ਲੈਂਦਾ ਜਾਂਦਾ ਬੱਚੋ ਤੇ ਮਨੀ ਬਿੱਲ ਦੀ ਜੇ ਮੈਂ ਗੱਲ ਕਰਾਂ ਕੌਣ ਡਿਸਾਈਡ ਕਰਦਾ ਵੀ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਇਹ ਲੋਕ ਸਭਾ ਦਾ ਸਪੀਕਰ ਡਿਸਾਈਡ ਕਰਦਾ ਜੀ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਹੈ ਤੇ ਮਨੀ ਬਿੱਲ ਦਾ ਜਿਹੜਾ ਪ੍ਰੋਸੈਸ ਹੈ ਸਾਰਾ 109 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਜੀ 109 ਨੰਬਰ ਆਰਟੀਕਲ ਦੇ ਮਨੀ ਬਿੱਲ ਪ੍ਰੋਸੈਸ ਆਫ ਮਨੀ ਬਿੱਲ ਲਿਖਿਆ ਜੀ 110 ਦੇ ਵਿੱਚ ਭਾਈ ਡੈਫੀਨੇਸ਼ਨ ਲਿਖੀ ਹੋਈ ਹੈ ਇੱਥੇ ਹੁਣ ਮੈਂ ਜਵਾਕਾਂ ਨੂੰ ਯਾਦ ਕਰਾਉਣਾ ਨਾ ਕਈ ਯਾਦ ਕਰ ਲੈਂਦੇ ਆ ਕਈਆਂ ਨੂੰ ਲੋੜ ਨਹੀਂ ਪੈਂਦੀ ਭਾਈ ਦੇਖੋ ਜੀ ਡੈਫੀਨੇਸ਼ਨ ਲਿਖੋ ਡੈਫੀਨੇਸ਼ਨ ਲਿਖ ਲਈ ਅੰਗਰੇਜ਼ੀ ਲਿਖਿਆ ਜੀ ਡੈਫੀਨੇਸ਼ਨ ਇੱਕ ਗੱਲ ਤਾਂ ਪਤਾ ਸਰ ਜੀ 109 ਤੇ 160 ਇਹ ਨੰਬਰ ਜਿਹੜੇ ਆ ਦੋਨੇ ਮਨੀ ਬਿੱਲ ਦੇ ਨਾਲ ਸੰਬੰਧਿਤ ਆ 110 ਲਿਖਣ ਵਾਸਤੇ ਐਂ ਲਿਖਣਾ ਪੈਂਦਾ ਜੀ 10 ਐਵੇਂ ਲਿਖਣਾ ਪੈਂਦਾ ਜੀ ਹਾਂ ਡੀ ਤੇ 10 ਪੈਂਦਾ ਤੇ ਡੀ ਤੇ ਹੀ ਡੈਫੀਨੇਸ਼ਨ ਪੈਂਦਾ ਭਾਈ ਡੀ ਤੇ 10 ਪੈਂਦਾ ਤੇ ਡੀ ਤੇ ਹੀ ਡੈਫੀਨੇਸ਼ਨ ਪੈਂਦਾ ਬਸ ਐਂ ਜੇ ਗੱਲ ਯਾਦ ਰੱਖਿਓ ਭਾਈ ਪੱਲੇ ਪੈ ਜੂਗੀ ਗੱਲ ਅਗਲੇ ਕੁਐਸਚਨ ਦੇ ਵੱਲ ਚੱਲਦੇ ਆਂ ਭਾਈ ਅਗਲਾ ਸਵਾਲ ਮੈਂ ਬਾਰ-ਬਾਰ ਕਹਿ ਰਿਹਾ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ 5 ਵਜੇ ਤੁਹਾਨੂੰ ਭਾਈ ਸਪੈਸ਼ਲ ਸੱਦਾ ਜੀ ਵੀਰ ਜੀ ਭਰਾ ਜੀ ਸਰਦਾਰ ਜੀ ਨੰਬਰਦਾਰ ਜੀ ਕੱਲ ਨੂੰ ਭਾਈ ਸ਼ਾਮ ਨੂੰ 5 ਵਜੇ ਪੰਜਾਬ ਅੱਡਾ ਦੇ ਚੈਨਲ ਤੇ ਆਜੋ ਲਾਈਵ ਕਲਾਸ ਹੋਏਗੀ ਕਨਸਟੀਟਿਊਸ਼ਨ ਡੇ ਦੇ ਉੱਤੇ ਯਾਨੀ ਕਿ ਸੰਵਿਧਾਨ ਦਿਵਸ ਦੇ ਉੱਤੇ ਇੱਕ ਸੰਵਿਧਾਨ ਦੇ ਉੱਤੇ ਇੱਕ ਸਪੈਸ਼ਲ ਕਲਾਸ ਲੈ ਕੇ ਆ ਰਹੇ ਆ ਜਿਹਦੀ ਮੈਂ ਭੂਮਿਕਾ ਪਹਿਲਾਂ ਹੀ ਬੰਦਾਂ ਵੀ ਤੁਹਾਡੀ ਜ਼ਿੰਦਗੀ ਦੀ ਇੱਕ ਯਾਦਗਾਰ ਕਲਾਸ ਹੋਏਗੀ ਜਿਹੜੀ ਤੁਸੀਂ ਖੁਦ ਕਹੋਗੇ ਵੀ ਪੋਲੀਟੀ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਇਸ ਤੋਂ ਘੈਂਟ ਤੇ ਇਸ ਤੋਂ ਮਤਲਬ ਨਜ਼ਾਰੇਦਾਰ ਕਲਾਸ ਨਹੀਂ ਪਹਿਲਾਂ ਵੇਖੀ ਸੀ ਇਸ ਚੀਜ਼ ਦੇ ਵੱਲ ਧਿਆਨ ਦਿਓ ਖਾਸ ਤੌਰ ਤੇ ਤੁਹਾਡੇ ਵਾਸਤੇ ਕੱਲ ਕਲਾਸ ਲੈ ਕੇ ਆ ਰਹੇ ਆ ਸ਼ਾਮ ਨੂੰ 5 ਵਜੇ ਲਾਈਵ ਕਲਾਸ ਹੋਏਗੀ ਪਹੁੰਚਣਾ ਜ਼ਰੂਰ ਹੈ ਕੱਲ ਸੰਡੇ ਵਾਲੇ ਦਿਨ ਐਤਵਾਰ ਨੂੰ ਤਾਂ ਰੱਖਿਆ ਭਾਈ ਤੇ 26 ਤਰੀਕ ਵੀ ਆਸ ਵਿਧਾਨ ਦੇ ਵਿਸਵੀਆ ਪਹੁੰਚਣਾ ਸਭ ਨੇ ਦੋਸਤੋ ਕੌਣ ਕੌਣ ਆਏਗਾ ਇੱਕ ਵਾਰੀ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰਕੇ ਜਾਓ ਮੈਨੂੰ ਕੱਲ ਤੁਹਾਡੀ ਵੱਡੀ ਗਿਣਤੀ ਚਾਹੀਦੀ ਹੈ ਇੱਕ ਲੱਖ ਦੇ ਵਿੱਚ ਦੋਸਤੋ ਇਹਦਾ ਉੱਤਰ ਕੀ ਹੈ ਜੀ ਬ੍ਰਿਟਿਸ਼ ਹਾਊਸ ਕਾਮਨ ਦੇ ਮੈਂਬਰ ਦੇ ਵਜੋਂ ਕੌਣ ਚੁਣਿਆ ਗਿਆ ਸੀ ਯਾਨੀ ਕਿ ਬ੍ਰਿਟਿਸ਼ਸ ਦੀ ਬ੍ਰਿਟੇਨ ਦੀ ਪਾਰਲੀਮੈਂਟ ਜਿਹੜੀ ਹੈ ਉਹਦੇ ਵਿੱਚ ਪਹਿਲਾ ਹਿੰਦੁਸਤਾਨੀ ਕੌਣ ਗਿਆ ਸੀ ਪਹਿਲਾ ਹਿੰਦੁਸਤਾਨੀ ਗੱਲਾਂ ਹਿੰਦੁਸਤਾਨੀ ਨਹੀਂ ਜੀ ਕੱਲਾ ਭਾਰਤੀ ਨਹੀਂ ਪਹਿਲਾ ਏਸ਼ੀਆ ਦਾ ਵਿਅਕ ਪਹਿਲਾ ਏਸ਼ੀਅਨ ਵਿਅਕਤੀ ਕੌਣ ਸੀ ਇਹਨਾਂ ਦੇ ਵਿੱਚੋਂ ਜੈ ਪ੍ਰਕਾਸ਼ ਨਾਰਾਇਣ ਦਾਦਾ ਭਾਈ ਨਾਰੋਜੀ ਰਾਮਨੋਹਰ ਲੋਇਆ ਜਾਂ ਸਰੋਜਨੀ ਨਾਇਡੂ ਇਹਦਾ ਉੱਤਰ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਆਏਗਾ ਦਾਦਾ ਭਾਈ ਨਾਰੋਜੀ ਪਿਆਰੇ ਬੱਚੋ ਦਾਦਾ ਭਾਈ ਨਾਰੋਜੀ ਆਏਗਾ ਜੀ ਇਸ ਸਵਾਲ ਦਾ ਜਵਾਬ ਦਾਦਾ ਭਾਈ ਨਾਰੋਜੀ ਜਿਨ੍ਹਾਂ ਨੂੰ ਆਪਾਂ ਗ੍ਰੈਂਡ 올ਡ ਮੈਨ ਆਫ ਇੰਡੀਆ ਕਹਿੰਦੇ ਆ ਭੋਲੇ ਕੇ ਟਿੱਡਿਆ ਤੇਰਾ ਬੁਰਾ ਹਾਲ ਆ ਐਡੇ ਸੌਖੇ ਸਵਾਲ 'ਚ ਫਸ ਗਿਆ ਤੂੰ ਨਹੀਂ ਪਾਸ ਹੁੰਦਾ ਸ਼ੇਰਾ ਇਹਨਾਂ ਨੂੰ ਆਪਾਂ ਗ੍ਰੈਂਡ 올ਡ ਮੈਨ ਆਫ ਇੰਡੀਆ ਕਹਿ ਦਿੰਨੇ ਆ ਜੀ ਦਾਦਾ ਭਾਈ ਨਰੋਜੀ ਜੀ ਨੂੰ ਇਹ ਕਹਿੰਦੇ ਪਹਿਲੇ ਬ੍ਰਿਟੇਨ ਦੇ ਵਿੱਚ ਚੁਣੇ ਜਾਣ ਵਾਲੇ ਇੰਡੀਅਨ ਤੇ ਏਸ਼ੀਅਨ ਸਨ ਬੱਚੋ ਬਹੁਤ ਅੱਛੇ ਜੀ ਅਗਲੇ ਕੁਐਸਚਨ ਦੇ ਵੱਲ ਚੱਲਦੇ ਆ ਭਾਈ ਕੱਲ ਨੂੰ ਹਮ ਮਾਗੇ ਪਹੁੰਚਣਾ ਸਾਰਿਆਂ ਨੇ ਮੈਂ ਫੇਰ ਕਹਿ ਰਿਹਾ ਵੀਰ ਜੀ ਭਰਾ ਜੀ ਸਰਦਾਰ ਜੀ ਨੰਬਰਦਾਰ ਜੀ ਕੱਲ ਸ਼ਾਮ 5 ਵਜੇ ਪਹੁੰਚਣਾ ਜੀ ਸਾਰਿਆਂ ਨੇ ਪਾਕਿਸਤਾਨ ਨਾਮ ਮੱਚੋ ਕਿਸ ਨੇ ਰੱਖਿਆ ਸੀ ਪਾਕਿਸਤਾਨ ਨਾਮ ਜਿਹੜਾ ਹੈ ਉਹ ਕਿਸ ਨੇ ਰੱਖਿਆ ਸੀ ਧੂੜ ਨਹੀਂ ਲੱਗ ਰਹੀ ਮੈਨੂੰ ਕਾਫੀ ਜ਼ਿਆਦਾ ਫੀਲ ਹੋ ਰਿਹਾ ਵੀ ਸਮੈਲ ਨਹੀਂ ਹੈ ਧੂੜ ਬੀਜ ਵੀ ਮਿੱਟੀ ਦੀ ਉੱਡੀ ਫਿਰਦੀ ਹੁੰਦੀ ਆ ਆਜੋ ਇੱਥੇ ਕਿਹੜੇ ਦੇਦੇ ਆਈਏ ਪਤਾ ਨਹੀਂ ਕੀ ਹੋਇਆ ਮੈਂ ਆਭਰਾਨੂ ਰੇ ਹਾਂਜੀ ਸਤਿਕਾਰ ਵੀ ਕੀ ਹਾਲ ਚਾਲ ਹੈ ਜਵਾਗੋ ਆਵਾਜ਼ ਇਸ ਅੱਛਾ ਬਾਹਰੋਂ ਗੱਲ ਕੀਤੀ ਹੋਗੀ ਤੁਸੀਂ ਹਾਂ 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 ਤਾਂ ਹੀ ਜਹਾ ਗਿਣਤੀ ਦਾ ਹਾਲ ਹੋ ਗਿਆ ਉੱਡੀ ਜੀ ਬਾਜੀ ਬਾਹਰ ਠੰਡੇ ਕੀ ਰੇ ਤੈਨੂੰ ਪਜ਼ਿੰਦੇ ਆਈਂਦੇਗੇ ਮੈਂ ਦੇਖੀ ਤੈਨੂੰ ਹਾਂਜੀ ਕੀ ਹਾਲ ਚਾਲ ਹੈ ਆ ਯਾਰ ਸੋਰੀ ਯਾਰ ਕੱਲ ਰਾਤੀ ਕਲਾਸ ਨਹੀਂ ਲੈ ਪਾਇਆ ਸਵੇਰੇ ਕਲਾਸ ਨਹੀਂ ਲੈ ਪਾਇਆ ਤਾਂ ਅੱਜ ਰਾਤੀ 8 ਵਜੇ ਦੀ ਕਲਾਸ ਲੱਗੇਗੀ ਪਹਿਲੀ ਗੱਲ ਤਾਂ ਇਹ ਦੱਸ ਦੇਣਾ ਠੀਕ ਹੈ ਕਿਉਂਕਿ ਬਹੁਤ سارے ਬੱਚਿਆਂ ਨੇ ਸਿਰ ਮੈਸੇਜ ਭੇਜੀ ਸੀ ਮੈਂ ਚਲੋ ਦੱਸਾਂ ਨਾ ਇੱਕ ਵਾਰੀ ਕਿਉਂਕਿ ਬੈਠੀ ਹੈ ਸਾਰੇ ਆਲਮੋਸਟ ਉੱਥੇ ਅੱਜ ਰਾਤੀ ਲੱਗੇਗੀ ਵੀ 8 ਵਜੇ ਵਾਲੀ ਕਲਾਸ ਦੋ ਦਿਨ ਹੋ ਗਏ ਨਹੀਂ ਲੈ ਪਾਇਆ ਸੀ ਕੱਲ ਰਾਤ ਵਾਲੀ ਤਾਂ ਸਵੇਰ ਵਾਲੀ ਨਹੀਂ ਲੱਗੀ ਸੀ ਨਾ ਹਨਾ ਤਾਂ ਕੋਈ ਗੱਲ ਨਹੀਂ ਅੱਜ ਰਾਤੀ 8 ਵਜੇ ਆਪਾਂ ਮਿਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਰਾਜ ਆ ਗਈ ਰਾਜ ਹਾਂ بس اون ਦੀ ਵੇ ਹੁਣ ਠੀਕ ਹੈ ਤੇ ਕੱਲ ਦੱਸ ਕੱਲ ਦੱਸ ਜੀ ਚੱਲ ਚੱਲ ਦ ਪਰਸੋਂ ਦੱਸੋ ਜੀ ਪਰਸੋਂ ਕੱਲ ਮਲੇ ਤੁਹਾਡੀ ਕਲਾਸ ਵੀ ਨਾ ਮੇਰੀ ਕੱਲ 5 ਵੇ ਕਲਾਸ ਆ ਕਨਸਟੀਟਿਊਸ਼ਨ ਡੇ ਆ ਨਾ ਕੱਲ ਕੱਲ ਕਨਸਟੀਟਿਊਸ਼ਨ ਡੇ ਤੇ ਇੱਕ ਸਵਿਧਾਨ ਦੇ ਵਾਸਤੇ ਇੱਕ ਸਪੈਸ਼ਲ ਕਨਸਟੀਟਿਊਸ਼ਨ ਦੀ ਕਲਾਸ ਲੈ ਕੇ ਆ ਰਹੇ ਹਾਂ ਹਨਾ ਆਇਓ ਜਰੂਰ ਮੈਂ ਪਹਿਲਾਂ ਹੀ ਸੱਦਾ ਦਿੱਤਾ ਸੀ ਆ ਵੀ ਪਹੁੰਚੋ ਜੀ ਹਾਂ ਠੀਕ ਹੈ ਤਬੀਅਤ ਠੀਕ ਆ ਹੁਣ ਠੀਕ ਹੈ ਥੋੜਾ ਚੱਲਦਾ ਰਹਿੰਦਾ ਹੈ। ਬਾਕੀ ਅੰਜਕੁਸ਼ ਸਰ ਨੂੰ ਠੀਕ ਕਰਦੇ ਆ। ਵਧੀਆ ਧਗੜੇ ਟਾਬੇ ਤੇ ਬਿਠਾ ਕੇ ਰੋਟੀ ਖਵਾਇਆ। ਕੜਾਈ ਵੀ ਨਹੀਂ ਅੰਦਰ। ਇਹਨਾਂ ਨੂੰ ਤੁਸੀਂ ਮੇਰੇ ਰੂਮ 'ਚ ਆ ਜਾਓ ਪਤੀ ਫੋੜਾਂਗੇ। ਠੀਕ ਹੈ? ਕੀ ਕਹਿੰਦਾ ਸਰ ਜੀ ਤੁਹਾਡਾ ਸਰ ਤੁਹਾਡੇ ਇੱਕ ਨਾ ਕਿਸੇ ਨੇ ਆਈਡੀ ਬਣਾਈ ਹੋਈ ਸੀ ਫੈਨ ਅੰਜਕੁਸ਼ ਸਰ ਦਾ ਪਤਾ ਨਹੀਂ ਦੀ। ਹੂੰ। ਤੇ ਹੌਣ ਸਰ ਕਲਾਸ 'ਚ ਮੈਂ ਸਸੀ ਕਾਬ ਲਈ ਜਾਂਦਾ ਸੀ। ਹੂੰ। ਤੇ ਇਦਾਂ ਦੀ ਗੱਲ ਕਹੀ ਨਾ ਉਹਨੇ। ਹੂੰ। ਤੇ ਨਾਨਕੇ ਭੇਜਦੀ ਫਿਰ ਮੈਂ ਟਾਈਮ ਨਾ ਪਤਾ ਨਹੀਂ ਕੁੜੀ ਸੀ ਪਤਾ ਨਹੀਂ ਮੁੰਡਾ ਸੀ ਮੈਨੂੰ ਪਤਾ। ਉਹ ਕੋਮਲ ਸੀ ਮਿਲ ਲਗਿਆ ਉਹ। ਪਤਾ ਨਹੀਂ ਕੌਣ ਆ ਸ਼ਾਇਦ ਤੱਕ I don' ਪਰ ਉੱਡ ਗਿਆ ਇੱਕ ਵਾਰੀ ਤਾਂ ਬੰਦਾ ਕੋਈ ਵੀ ਸੀ ਉਸیں ਵੀਰੇ ਵੈਂਟ ਪਾਈ ਇਹਨੇ ਫੈਨ ਬਸ ਫੈਨ ਸਾਰਿਆਂ ਦੇ ਹੋਣ ਪਰ ਮਤਲਬ ਇੱਕ ਲੈਂਗੁਏਜ ਹੁੰਦੀ ਹੈ ਨਾ ਬਾਅਦ ਮੈਸੇਜ ਡਿਲੀਟ ਕੀਤਾ ਸੀ ਨਾਲ ਦੀ ਨਾਲ ਗਾਇਜ਼ ਕੀ ਜੈਲਸ ਹੋ ਰਿਹਾ ਬੰਦਾ ਨਹੀਂ ਨਹੀਂ ਐਕਚੁਅਲੀ ਪਤਾ ਕੀ ਹੁੰਦਾ ਤੁਸੀਂ ਜਦੋਂ ਕਿਸੇ ਵੀ ਕਲਾਸ ਦੇ ਚਾਕੇ ਕਮੈਂਟ ਕਰਦੇ ਹੋ ਨਾ ਪਹਿਲੀ ਗੱਲ ਤਾਂ ਕਮੈਂਟ ਕਰੇ ਹੀ ਨਾ ਕਰੋ ਫालतू ਦੇ ਹਨਾ ਸਸਰੀ ਕਾਬ ਲਈ ਗੱਲ ਖਤਮ ਆਪਦੇ ਕੁਐਸਚਨਾਂ ਦੇ ਵਾਲਾ ਹੋ ਜਾ ਕਰੋ ਏ ਬੀ ਸੀ ਉੱਤਰ ਦਿਆ ਕਰੋ ਫालतੂ ਦੀਆਂ ਗੱਲਾਂ ਮੇਰਾ ਨਾਮ ਨਹੀਂ ਬੋਲਿਆ ਮੇਰਾ ਇਹ ਨਹੀਂ ਬੋਲਿਆ ਮੇਰਾ ਉਹ ਨਹੀਂ ਕੀਤਾ ਇਹ ਕੀ ਮੇਰੇ ਨਾਮ ਬੋਲਣ ਦੇ ਨਾਲ ਜਾਂ ਅੰਕੂਸਾ ਦੇ ਨਾਮ ਬੋਲਣ ਦੇ ਨਾਲ ਸਿਲੈਕਸ਼ਨ ਹੋ ਜਾਊਗੀ ਜੀ ਹੁੰਦੀ ਹੈ ਤਾਂ ਇੱਕ ਦਿਨ ਕੈਮਰਾ ਚਲਾ ਕੇ ਸਾਰੇ ਪੰਜਾਬ ਦੇ ਸਟੂਡੈਂਟਾਂ ਦੇ ਨਾਮ ਲੈ ਲੈਣੇ 5-6 ਦਿਨਾਂ ਦੇ ਲੈ ਲਾਂਗੇ ਹੋਰ ਕੀ ਤੇ 5-6 ਦਿਨ ਕੀ ਬਾਅਦ ਤੁਸੀਂ ਕਹਿੰਦੇ ਨਾ ਕੀ ਹੋ ਕਹਿੰਦੇ ਨਾ ਜਿਵੇਂ ਪ੍ਰਾਰਥਨਾ ਚ ਖਿਲਾ ਦੇਣੇ ਹਾਂ ਬਾਬਾ ਚੱਕ ਦਾਂਗੇ ਫੱਟੇ ਨਾ ਬੋਲਣਾ ਕੀ ਹੁੰਦਾ ਦੱਸੋ ਮੈਨੂੰ ਸਿਆਣੇ ਬਣਿਆ ਕਰੋ ਮਾੜੇ ਮੋਟੇ ਬਾਕੀ ਯਾਰ ਪੜੋ ਯਾਰ ਕਿਹਨਾਂ ਸੜਿਕਾ ਨਾ ਪੜੋ ਬਾਕੀ ਕਿੰਨੇ ਮੈਸੇਜ ਆਏ ਹੋਇਆ ਸਰ ਦੱਸੋ ਇਹਨਾਂ ਨੂੰ ਕਨਸਟੇਬਲ ਦੇ ਰਿਜ਼ਲਟ ਦੇ ਕਨਸਟੇਬਲ ਯਾਰ ਮੈਂ ਤਾਂ ਕਿੰਨਾ ਮੈਂ ਥੋੜਾ ਟਾਈਮ ਨਹੀਂ ਲੱਗਾ ਮੈਂ ਇੰਸਟਾ ਤੇ ਭਰਿਆ ਪਿਆ ਵੀਰ ਮਾਤਾ ਉਹਨਾਂ ਸਟੋਰੀ ਭੰਲ ਗਏ ਜਿਵੇਂ ਕੰਗ੍ਰੈਚੁਲੇਸ਼ਨ ਟੂ ਆਲ ਆਫ ਯੂ ਕਿਉਂਕਿ ਯਾਰ ਬਹੁਤ ਸਾਰੇ ਬਹੁਤ ਵਧੀਆ ਲੱਗਦਾ ਜਦੋਂ ਬੱਚਿਆਂ ਦੇ ਇਹੋ ਜਿਹੇ ਮੈਸੇਜ ਆਉਂਦੇ ਕਿਉਂਕਿ ਸਾਡੇ ਪੜਾਣ ਦਾ ਮੋਟੋ ਹੀ ਕੀ ਹੈ ਆਹੀ ਤਾਂ ਚੀਜ਼ ਚਾਹੀਦੀ ਹੈ ਜੋ ਹੁਣ ਕੱਲ ਦੇ ਮੈਸੇਜ ਦੇਖ ਰਹੇ ਹਾਂ ਜਦੋਂ ਜਿੱਦਾਂ ਦਾ ਇਹ ਸ਼ਾਰਟਲਿਸਟ ਕੈਂਡੀਡੇਟ ਕੈਂਡੀਡੇਟ ਦੇ ਰਿਜ਼ਲਟ ਆਈ ਹੈ ਆਪਣੀ ਲਿਸਟ ਆਈ ਹੈ ਉਹਦਾ ਦੇ ਮੈਸੇਜ ਦੇਖ ਰਹੇ ਹਾਂ ਕਿ ਹਾਂ ਸਰ ਮੇਰਾ ਹੋ ਗਿਆ ਮੇਰਾ ਹੋ ਗਿਆ ਇੱਕ ਇੱਕ ਚੀਜ਼ ਹੋਰ ਜਿਹਨਾਂ ਦਾ ਨਹੀਂ ਹੋਇਆ ਨਾ ਉਹ ਆਪਣੀ ਕਮੀਆਂ ਜ਼ਰੂਰ ਦੇਖੋ ਕਿ ਕਿੱਥੇ ਕਮੀ ਰਹਿ ਗਈ ਤੇ ਉਹ ਕਮੀਆਂ ਨੂੰ ਦੂਰ ਕਰੋ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਬਹੁਤ ਸਾਰੀ ਵੈਕੈਂਸੀਆਂ ਹੈ ਐਦਾਂ ਮੂੰਹ ਸਟਕੇ ਨਹੀਂ ਬਣਾ ਇੱਕ ਸਰ ਮ ਆਇਆਗਾ ਤੇ ਉਹਨਾਂ ਦਾ ਰੋਣ ਵਾਲੀ ਇਮੋਜੀ ਭੇਜਿਆ ਮੈਨੂੰ ਇੰਸਟਾਗ੍ਰam ਤੇ ਹੂੰ ਨੀਰੇ ਰੋਣ ਵਾਲੇ ਇਮੋਜੀ ਕੇ ਸਰ ਜੀ ਮੇਰਾ ਨਹੀਂ ਹੋਇਆ ਮੇਰਾ ਰਹਿ ਗਿਆ ਮੈਂ ਕਿ ਚੱਲ ਕੋਈ ਗੱਲ ਨਹੀਂ ਪਿੰਨੀ ਹੋਇਆ ਤਾਂ ਕੋਈ ਚੀਜ਼ ਤਾਂ ਸਿਖਾ ਕੇ ਗਿਆ ਹੋਗਾ ਨਾ ਪਤਾ ਲੱਗਿਆ ਉਹ ਕਮੀ ਕੀ ਸੀ ਕਮੀ ਕੀ ਸੀ ਕਿੱਥੇ ਕਮੀ ਰਗੀ ਕੀ ਕੁਝ ਸੀ ਉਹ ਤਾਂ ਚੀਜ਼ ਤਾਂ ਸਿਖਾ ਕੇ ਜਾਂਦੀ ਤੇ ਬਾਕੀ ਯਾਰ ਜਿੰਨਾਂ ਦਾ ਹੋਇਆ ਉਹਨਾਂ ਨੂੰ ਪੁੱਛ ਕੇ ਕੋਈ ਤਿਆਰੀ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਥੋੜਾ ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ ਨਾ ਗਿੱਦਰਾਂ ਦੀ ਕਾਲੇ ਨਾ ਖਰਬੂਜੇ ਨਹੀਂ ਕਦੇ ਪੱਕ ਜਾਂਦੇ ਉਹ ਆਪਦੇ ਟਾਈਮ ਤੇ ਹੀ ਪੱਕਣਗੇ ਜਦੋਂ ਟਾਈਮ ਹੋਇਆ ਉਹਨਾਂ ਦਾ ਤੁਸੀਂ ਮਿਹਨਤ ਕਰਿਆ ਕਰੋ ਬਸ ਹੋ ਦੇਖੋ ਯਾਰ ਅਗਰ ਰੈਗੂਲਰਟੀ ਰੱਖੋਗੇ ਕੰਟੀਨਿਊਟੀ ਰੱਖੋਗੇ ਮਤਲਬ ਇਹ ਦੇਖੋ ਆ ਹੁੰਦਾਗਾ ਕਿ ਆਪਾਂ ਸਰ ਪੇਪਰ ਵਾਲੇ ਟਾਈਮ ਤੇ 3-3000 ਬੱਚੇ ਵੀ ਲਾਈਵ ਪੜਾਏ 35-3500 ਬਿਲਕੁਲ 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 ਦੇਖੋ ਹੁਣ ਦੇਖੋ 184 ਬੱਚੇ ਬਸ ਜੀ ਹੁਣ ਮੈਨੂੰ ਇਹ ਦੱਸੋ 1700 ਪੋਸਟਾਂ ਸੀ ਤੇ ਸਾਡੀਆਂ ਕਿਹਾ ਤਿੰਨ-ਤਿੰਨ ਹਜ਼ਾਰ ਚਾਰ-ਚਾਰ ਬੱਚਾ ਚਾਰ-ਚਾਰ ਹਜ਼ਾਰ ਬੱਚੇ ਹੁੰਦੇ ਪੇਪਰ ਤੋਂ ਥੋੜੇ ਦਿਨ ਪਹਿਲਾਂ ਪੰਜ-ਛੇ ਦਿਨ ਪਹਿਲਾਂ ਪੇਪਰ ਤੋਂ ਇੱਕ ਦਿਨ ਪਹਿਲਾਂ ਤੇ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਲਾਗੇ ਹੋਣੇ ਤੇ ਹੁਣ ਕਿੱਧਰ ਗਏ ਹੋ ਪੋਸਟ ਆ ਜੇ ਪੇਪਰ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਐਦਾਂ ਤਾਂ ਹੈ ਨਹੀਂ ਕਿ ਅਸੀਂ ਵੀ ਇੱਕ ਦਿਨ ਪੜਾ ਕੇ ਇੱਥੇ ਪਹੁੰਚ ਗਏ ਬਿਲਕੁਲ ਸਮਾਂ ਲੱਗਦਾ ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈਗਾ ਐਦਾਂ ਤਾਂ ਹੈ ਨਹੀਂ ਕਿ ਜਿਵੇਂ ਮੰਨ ਲਓ ਜੇ ਅਸੀਂ ਵੀ ਕਿਸੇ ਟਾਈਮ ਤੇ ਤਿਆਰੀ ਸ਼ੁਰੂ ਕੀਤੀ ਹੋਵੇਗੀ ਅਸੀਂ ਵੀ ਕੋਈ ਪੇਪਰ ਪਾਸ ਕੀਤੇਗੀ ਤਾਂ ਉਹ ਬੱਚਾ ਉਹ ਤਾਂ ਐਦਾਂ ਹੀ ਹੈ ਨਾ ਕਿ ਅਸੀਂ ਵੀ ਟਾਈਮ ਟਾਈਮ ਦਿੱਤਾ ਹੋ ਜੀ ਨੂੰ ਤਾਂ ਟਾਈਮ ਦਿਓ ਹਰ ਇੱਕ ਚੀਜ਼ ਨੂੰ ਰੈਗੂਲਰਿਟੀ ਰੱਖੋ ਇੱਕ ਤਾਂ ਹੁੰਦਾ ਕਿ ਥੋੜੇ ਦਿਨ ਪਹਿਲੇ ਦੇਖੋਗੇ ਤਾਂ ਜਿਵੇਂ ਕਨਸਟੇਬਲ ਪੇਪਰ ਜਿਵੇਂ ਜਿਵੇਂ ਖਤਮ ਹੁੰਦਾ ਸੀ ਉਹ ਬੱਚੇ ਕੱਢ ਦੇ ਗਏ ਹਾਂ ਠੀਕ ਹੈ ਪੇਪਰ ਹੋ ਗਿਆ ਖਤਮ ਇਹ ਨਹੀਂ ਹੋਣਾ ਚਾਹੀਦਾ ਮੈਂ ਗੱਲ ਕਹਿਣਾ ਨਵੇਂ ਯਾਰ ਦੇਖੋ ਜਦੋਂ ਤੱਕ ਤੁਹਾਡੀ ਜੁਆਇਨਿੰਗ ਨਹੀਂ ਹੁੰਦੀ ਨਾ ਪਹਿਲੇ ਦਿਨ ਜਾ ਕੇ ਸੈਨ ਨਹੀਂ ਕਰਦੇ ਪਹਿਲੇ ਦਿਨ ਜਾ ਕੇ ਡਿਊਟੀ ਤੇ ਨਹੀਂ ਜਾਂਦੇ ਉਹ ਤੱਕ ਸੋਚਾ ਨਾ ਕਰੋ ਮੈਂ ਪਾਸ ਹੋ ਗਿਆ ਸਿੰਪਲ ਜੀ ਗੱਲ ਆ ਕੋਈ ਪਤਾ ਨਹੀਂ ਗੇਮ ਕਰ ਦੋ ਫਿਰ ਜੇ ਠੀਕ ਆ ਪੜਦੇ ਰਿਆ ਕਰੋ ਤੱਕ ਮੰਨ ਲਓ ਜੀ ਹੁਣ ਜਿਹਦਾ ਹੋ ਗਿਆ ਨਾ ਉਹ ਐਨਾ ਵੀ ਨਹੀਂ ਹੋਣਾ ਕਿ ਜਾ ਕੇ ਕਿ ਲੋਕਾਂ ਨੂੰ ਦੱਸਦਾ ਫਿਰੇ ਕਿ ਹਾਂ ਮੇਰੀ ਹੋ ਗਈ ਸਿਲੈਕਸ਼ਨ ਮੇਰੀ ਹੋ ਗਈ ਫਿਜ਼ੀਕਲ ਦੀ ਤਿਆਰੀ ਕਰੋ ਬੜੀ ਬੜੀ ਤਰੀਕੇ ਨਾਲ ਡੈਡੀਕੇਸ਼ਨ ਜਦੋਂ ਤੱਕ ਤੁਹਾਡੇ ਹੱਥ ਚ ਨਾ ਆ ਜੇ ਨਾ ਜੋਇਨਿੰਗ ਲੈਟਰ ਉਰੋਂ ਤੱਕ ਉਹਨਾਂ ਐਕਸਾਈਟਡ ਨਹੀਂ ਹੋਣਾ ਖੁਸ਼ੀ ਦੀ ਗੱਲ ਹੈ ਪੇਪਰ ਸਿਲੈਕਟ ਹੋਇਆਗਾ ਬਟ ਫਿਜ਼ੀਕਲ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਕਿਉਂਕਿ ਸਿਰ ਫਿਜ਼ੀਕਲ ਚ ਰਹਿ ਜਾਂਦੇ ਕਈ ਬੱਚੇ ਬਿਲਕੁਲ ਬਿਲਕੁਲ ਪਹਿਲੇ ਉਹ ਪੂਰੇ ਪਿੰਡ ਦੇ ਵਿੱਚ ਢੰਡੋਰਾ ਪੜਦੇਗਾ ਕਿ ਹਾਂ ਠੀਕ ਹੈ ਮੇਰਾ ਹੋ ਗਿਆ ਹੋ ਗਿਆ ਹੋ ਗਿਆ ਅਗਲਾ ਕਹਿੰਦਾ ਵੀ ਹਾਂ ਠੀਕ ਹੈ ਹਲੇ ਵਾਰੀ ਹੈਗੀ ਖੜਚਾ ਠੀਕ ਹੈ ਤਾ ਚਲੋ ਬਈ ਸਰ ਕਰਾਓ ਕੰਟੀਨਿਊ ਅਪਜੀਹਾ 8:00 ਵਜੇ ਬਿਲਕੁਲ ਚਲੋ ਜਿਹਦਾ ਉੱਤਰ ਕੀ ਹੈਗਾ ਪਾਕਿਸਤਾਨ ਨਾਮ ਕਿਸ ਨੇ ਰੱਖਿਆ ਚੌਧਰੀ ਰਹਿਮਤ ਅਲੀ ਜੀ ਨੇ ਪਾਕਿਸਤਾਨ ਨਾਮ ਕਿਸ ਨੇ ਰੱਖਿਆ ਬੱਚੋ ਚੌਧਰੀ ਰਹਿਮਤ ਅਲੀ ਨੇ ਪਾਕਿਸਤਾਨ ਰੈਜ਼ੋਲੂਸ਼ਨ ਜਿਹੜਾ ਹੈ 1940 ਦੇ ਵਿੱਚ ਪਾਸ ਹੋਇਆ ਸੀ ਪਾਕਿਸਤਾਨ ਰੈਜ਼ੋਲੂਸ਼ਨ ਜਦੋਂ ਟੂ ਨੇਸ਼ਨ ਥਿਊਰੀ ਦਿੱਤੀ ਸੀ ਮੁਹੰਮਦ ਅਲੀ ਜਿੰਨਾ ਜਿੱਦੀ ਲਾਤ ਟੁੱਟ ਜੇ ਟੂ ਨੇਸ਼ਨ ਥਿਊਰੀ ਇਹਨੇ ਦਿੱਤੀ ਸੀ ਇਹਨੇ ਕਿਹਾ ਸੀ ਵੱਖਰਾ ਮੁਲਕ ਚਾਹੀਦਾ ਸਾਨੂੰ ਮੁਹੰਮਦ ਅਲੀ ਜਿੰਨਾ ਤੇ ਚੌਧਰੀ ਰਹਿਮਤ ਅਲੀ ਨੇ ਭਾਈ ਪਾਕਿਸਤਾਨ ਨਾਮ ਰੱਖਿਆ ਸੀ ਅਗਲਾ ਕੁਐਸਚਨ ਦੇਖਦੇ ਹਾਂ ਜੈਨ ਧਿਆਨ ਨਾਲ ਵੇਖੋ ਤੇ ਜਵਾਬ ਦਿਓ ਜੀ ਜੈਨੀਆਂ ਦਾ ਪਹਿਲਾ ਤੀਰਥੰਕਰ ਕੌਣ ਹੈ ਮੈਂ ਪਹਿਲਾਂ ਵੀ ਦੱਸਿਆ ਕੱਲ ਸ਼ਾਮ ਨੂੰ 5 ਵਜੇ ਕੱਲ ਸ਼ਾਮੀ 5 ਵਜੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਕਲਾਸ ਸੰਵਿਧਾਨ ਦਿਵਸ ਦੇ ਮੌਕੇ ਤੇ ਕੱਲ ਸੰਵਿਧਾਨ ਦਿਵਸ ਆ ਜੀ 26 ਨਵੰਬਰ ਹੈ ਕਈਆਂ ਨੂੰ ਨਹੀਂ ਪਤਾ ਹੋਣਾ ਕੱਲ ਕਨਸਟੀਟਿਊਸ਼ਨ ਡੇ ਆ ਤੇ ਕਨਸਟੀਟਿਊਸ਼ਨ ਦੀ ਇੱਕ ਸਪੈਸ਼ਲ ਕਲਾਸ ਲੈ ਕੇ ਆ ਰਹੇ ਹਾਂ ਸਾਰੇ ਜਣੇ ਫਿੱਟ ਹੋ ਕੇ ਤਕੜੇ ਹੋ ਕੇ ਆਇਓ ਭਾਈ ਕੱਲ ਦੀ ਕਲਾਸ ਦੇ ਵਿੱਚ ਸ਼ਾਮੀ 5 ਵਜੇ ਹੈ ਨਾ ਚਲੋ ਜੀ ਇਸ ਸਵਾਲ ਦਾ ਜਵਾਬ ਆ ਗਿਆ ਜੀ ਜੈਨੀਆਂ ਦਾ ਪਹਿਲਾ ਤੀਰਥੰਕਰ ਕੌਣ ਆ ਜੀ ਸਾਡੇ ਕੋਲੇ ਰਿਸ਼ਭ ਦੇਵ ਜਾਂ ਰਿਸ਼ਭਨਾਥ ਦੇ ਨਾਮ ਦੇ ਨਾਲ ਯਾਦ ਰੱਖਿਓ ਜੈਨੀਆਂ ਦੇ ਟੋਟਲ 24 ਤੀਰਥੰਕਰ ਹੋਇਆ ਬੱਚੋ 24 ਦੇ ਵਿੱਚੋਂ ਪਹਿਲੇ ਕੌਣ ਨੇ ਰਿਸ਼ਭ ਦੇਵ ਜਾਂ ਰਿਸ਼ਭ ਰਿਸ਼ਭਨਾਥ ਜਿਨ੍ਹਾਂ ਦਾ ਭਈ ਬੁੱਲ ਸਿੰਬਲ ਸੀ ਪਿਆਰੇ ਦੋਸਤੋ ਤੇ ਇਹਨਾਂ ਦਾ ਜਿਹੜਾ ਨਿਰਵਾਣ ਦਾ ਪਲੇਸ ਕਿਹੜਾ ਸੀ ਸਾਡੇ ਕੋਲੇ ਇਹ ਕਾਲੀ ਸ਼ਾਪਲੇਸ ਸੀਗਾ ਬੱਚੋ 24ਵੇਂ ਤੀਰਸੰਕਰ ਕੌਰ ਨੇ ਜੀ ਮਹਾਵੀਰ ਜੈਨ ਨੇ ਜਿਹੜੇ ਲੇਟਸਟ ਤੇ 24ਵੇਂ ਜਿਨ੍ਹਾਂ ਦਾ ਭਾਈ ਲਾਇਨ ਜਾਨੀ ਕਿ ਸ਼ੇਰ ਜਿਨ੍ਹਾਂ ਦਾ ਸਿੰਬਲ ਸੀ ਦੋਸਤੋ ਯਾਦ ਰੱਖਿਓ ਜੀ ਤੇ ਪਾਵਾਪੁਰੀ ਦੇ ਵਿੱਚ ਇਹਨਾਂ ਨੂੰ ਨਿਰਵਾਨ ਹੋਇਆ ਸੀ ਆਹ ਕੁਐਸਚਨ ਜਿਹੜਾ ਤੁਹਾਡੇ ਸਾਹਮਣੇ ਆ ਗਿਆ ਤੁਹਾਡਾ ਹੋਮਵਰਕ ਹੈ ਜੀ ਐਚਡਬਲਿਊ ਹੈ ਦੋਸਤੋ ਕੱਲ ਸ਼ਾਮੀ 5 ਵਜੇ ਕਨਸਟੀਟਿਊਸ਼ਨ ਡੇ ਦੇ ਉੱਤੇ ਕਨਸਟੀਟਿਊਸ਼ਨ ਦੀ ਇੱਕ ਸਪੈਸ਼ਲ ਕਲਾਸ ਲੈ ਕੇ ਆ ਰਹੇ ਹਾਂ ਉਮੀਦ ਆ ਸਾਰੇ ਜਣੇ ਪਹੁੰਚੋਗੇ ਜਿਨ੍ਹਾਂ ਦਾ ਨਾਮ ਨਹੀਂ ਆਇਆ ਨਾ ਲਿਸਟ ਦੇ ਵਿੱਚ ਰੋਲ ਨੰਬਰ ਨਹੀਂ ਆਇਆ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਜੇ ਹੁਣ ਪੜ੍ਹ ਪੜ੍ਹਨਾ ਚੜ੍ਹਦਾ ਤੇ ਕਿਸੇ ਲਿਸਟ 'ਚ ਨਾਮ ਨਹੀਂ ਆਉਣਾ ਕਿਸੇ ਲਿਸਟ 'ਚ ਨੰਬਰ ਨਹੀਂ ਆਉਣਾ ਠੀਕ ਹੈ ਮੌਕਾ ਹੈ ਵਾਲੇ ਕਿਤਨੀ ਭਾਈ ਦੁਨੀਆ ਖਤਮ ਹੋ ਗਈ ਇੱਕ ਵੈਕੈਂਸੀ ਨਾਲ ਨਹੀਂ ਤੈਅ ਕਰ ਸਕਦੇ ਵੀ ਤੁਸੀਂ ਕਿੰਨੇ ਕੁ ਜੁਝਾਰੂ ਹੋ ਤੁਸੀਂ ਕਿੰਨੇ ਕੁ ਮਿਹਨਤੀ ਹੋ ਜਿਵੇਂ ਫਾਈਨਲ ਮੈਚ ਨਹੀਂ ਦੱਸ ਸਕਦਾ ਵੀ ਇੰਡੀਆ ਚੈਂਪੀਅਨ ਹੈ ਜਾਂ ਨਹੀਂ ਇੱਕ ਮੈਚ ਨਹੀਂ ਕਰਦੇ ਡਿਸਾਈਡ ਕਰਦਾ ਤੁਸੀਂ ਕਿੰਨੇ ਕੁ ਕਾਬਿਲ ਹੋ ਇਹ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਭਾਈ ਤਿਆਰੀ ਕਰਦੇ ਰਹੋ ਮਿਹਨਤ ਕਰਦੇ ਰਹੋ ਅੱਜ ਦੀ ਕਲਾਸ ਨੂੰ ਮੈਂ ਇੱਥੇ ਸਮਾਪਤ ਕਰੂੰਗਾ ਕਲਾਸ ਕਿੱਦਾਂ ਦੀ ਲੱਗੀ ਦੱਸ ਕੇ ਜਰੂਰ ਜਾਓ ਕਮੈਂਟਾਂ 'ਤੇ ਕੱਲ ਸ਼ਾਮੀ 5 ਵਜੇ ਕਨਸਟੀਟਿਊਸ਼ਨ ਡੇ ਦੇ ਲਈ ਕਨਸਟੀਟਿਊਸ਼ਨ ਦੀ ਕਲਾਸ ਲੈ ਕੇ ਆ ਰਿਹਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰਮਾਤਮਾ ਕਰੇ ਦਿਨ ਦੁਗੁਣੀ ਰਾਤ ਹਜ਼